हाँ जी सलामकोमी तो देख रहे हो ई बी लजमी भी लजियो लैके जिधर मैं तुम्हारा शेयर करा ची जी मैची चैप्टर नंबर सोलह का तीसरा पार्ट है और तीसरा और आखिरी पार्ट है, तो है तो जी, जी तो ची एम आर तो मैं थोड़ा शेयर कर रहा है तो जे जे हूँ मैं शेयर करा रिकोनसिन मैर्ची एनपी पोसीबल है रिकॉनसेंन यानी पोसीबल है कोई भी वजह होम सर नहीं पहुंचा सकते पे पहुँचता नहीं पा है समान कोई रुकावट होगी रात के ठीक है या इस तरह की कोई भी सिचुएशन जिस टाइम तीस सफ़र पूरा करके चले गए या फिर तुम दस ना तरह नहीं मिले भी ਇਹ ਤੇ ਬਾਰੇ ਗੱਲ ਕਰਾਂਗੇ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਇਨਕਾਜ਼ ਤੇ ਪੈਰ ਦਿੱਤਾ ਇਨ ਕੇਸ ਜੇ ਪੈਰ ਦਿੱਤਾ ਪੈਰ ਦਿੱਤਾ ਦੋ ਕਿਸਮ ਦੀ ਹੁੰਦੀ ਹੈ ਠੀਕ ਹੈ ਜੀ ਪੈਰ ਦਿੱਤਾ ਇੱਕ ਹੁੰਦੀ ਹੈ ਟੋਟਲ ਟੋਟਲੀ ਖਰਾਬ ਹੋ ਗਿਆ ਜਾਂ ਟੋਟਲੀ ਚੋਰੀ ਹੋ ਗਿਆ ਉਹਦੇ ਵਿੱਚ ਪੈਰ ਦਿੱਤਾ ਟੋਟਾਲੀ ਕਹਿੰਦੇ ਨੇ ਪਰ ਜ਼ਿਆਲੇ ਯਾਨੀ ਕਿ ਕੁਝ ਸਮਾਨ ਜਿਹੜਾ ਹੈ ਉਹ ਜ਼ਿਆ ਹੋ ਗਿਆ ਚੋਰੀ ਹੋ ਗਿਆ ਤੇ ਉਹਨੂੰ ਪਰਜ਼ਿਆਲੇ ਕਹਿੰਦੇ ਨੇ ਅਵਾਰੀਆ ਯਾਨੀ ਕਿ ਖਰਾਬ ਹੋ ਗਿਆ ਰਿਟਾਰਡੋ ਦ੍ਰਿਕੋਂਸੋਨੀਆਂ ਰਿਟਾਰਡੋ ਯਾਨੀ ਕਿ ਲੇਟ ਹੋ ਗਈ ਕੋਂਸੇਨੀਆਂ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਕੁਆਂਦੇ ਵਿੱਚ ਵੀ ਤੋਰੇ ਨੋਨ ਰਿਸਪੋਂਸਿਬਲ ਹੈ ਜਿਸ ਜਿਸ ਕੇਸ ਦੇ ਵਿੱਚ ਜਿਸ ਸੂਰਤ ਦੇ ਵਿੱਚ ਤੁਸੀਂ ਤੋਰੇ ਜਿਹੜਾ ਰਿਸਪੋਂਸਿਬਲ ਨਹੀਂ ਹੈ ਵੀ ਅਗੇ ਪਤਨ ਪਹਿਲੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਵੀ ਲਾਈਕ ਕਰੋ ਵੀ ਜੀ ਮਤ ਬਾਅਦ ਸ਼ੇਅਰ ਕਰੋਗੇ ਬਾਕੀ ਦੇ ਵੀ ਹੈਲਪ ਹੋ ਸਕੇ ਕਮ ਸੇ ਕਮ ਉਹਨਾਂ ਬੰਦੇ ਜ਼ਰੂਰ ਸ਼ੇਅਰ ਕਰੋ ਵੀ ਜਿਹੜੇ ਕਹਿੰਦੇ ਨੇ ਜੀ ਕੋ ਜੀ ਮੁਸ਼ਕਲ ਹੈ ਤੇ ਜੀ ਐਮ ਆਰ ਕਹਿੰਦੇ ਨੇ ਕਿ ਇੱਕ ਨੰਬਰ ਕੁਐਸਚਨ ਕਹਿੰਦੇ ਨੇ ਲਾ ਜੀ ਐਮ ਆਰ ਵੀ ਤੋਰੇ ਜਿਹੜਾ ਹੈ ਕਿ ਨੋਨ ਹਾ ਪੋਸੀਬਲ ਐਗਜ਼ੀਗੂਇਰੇ ਡਿਸਪੋਜੀਸ਼ਨ ਦੇ ਮੇਟੈਂਟੇ ਕਹਿੰਦੇ ਜਿਹੜਾ ਕਿ ਨਹੀਂ ਪੋਸੀਬਲ ਹੈ इसी इस भी रहे अमल दुरामल कर सदा जिमेंितंत ने किया कि ठीक है देवेक लाल घर मितंते वो फिर की करे मितंते कम्यूनीकेशन करे जिन्हें नहीं पोसीबल है उत्तर समान ले जाना कोई भी प्रॉब्लम हो गई जिमेंते ने किया नहीं पोसीबल है करना सफ़र के दौरान तो वेतुरे का है वह फिर कम्यूनीकेशन दुबारा करे जिन्हें फोन करे पूछे मिते शुरू से कह क्योंकि समान जो है कहने वे नची एम आर नलका इमपोसीबिल दी इम्पोसीबिलिटा दीरे व्याज इनके ज इम्पोसीबल नामुमकिन है अगे बदना इनके सफ़र करना ठीक है जी इनकी नहीं मुमकिन है सफ़र करना ये तौरे दवेदार ने कम्युनीकेश ड्राइवर लाजमी है कम्यूनीकेशन देने के इनफॉर्म करे आन के दिनाधारी जो जिन्होंने कि समान देना पहुँचा दला मार्च समान जिन्होंने पहुँचा सी ਉਨੋਮੀ ਕਮਿਊਨੀਕੇਸ਼ਨ ਯਾਨੀ ਕਿ ਮਿਤੀ ਸੰਦੇ ਨੂੰ ਤਾਂ ਕਰਨਾ ਹੀ ਕਰਨਾ ਹੁੰਦਾ ਹੈ ਔਰ ਇਸ ਤੋਂ ਇਲਾਵਾ ਤੁਸੀਂ ਕਮਿਊਨੀਕੇਸ਼ਨ ਜਿਹੜੀ ਹੈ ਉਧਰ ਵੀ ਕਰਨੀ ਹੈ ਅੱਗੇ ਜਿਹਨੂੰ ਸਮਾਨ ਪਹੁੰਚਾਉਣਾ ਸੀ ਯਾਨੀ ਕਿ ਡੈਸਿਨਟਾਰੀਓ ਨੋਮੀ ਦੂਸਕਨ ਬੀਵੇਰੋ ਯਾਵੀ ਆਈ ਕੈਨ ਬੇ ਨੈਲਾ ਚੀ ਐਮ ਆਰ ਇਲਵਤੂਰੇ ਨੋ ਵਿਤੂਰੇ ਕੇ ਨੋਨ ਹਾ ਪੋਸੀਬਿਲੇ ਇਸ ਗਵਿਰੇ ਡਿਸਪੋਜ਼ੀਸ਼ਨ ਦੇ ਲੈਟੈਂਟ ਹੈ ਜਿਹੜਾ ਕਿ ਨਹੀਂ ਪੋਸੀਬਲ ਹੈ ਇਸ ਗਵਿਰੇ ਫਾਲੋ ਕਰ ਸਕਦਾ ਜਿਵੇਂ ਡਿਸਪੋਜ਼ੀਸ਼ਨ ਹੈ ਸੀ ਯਾਨੀ ਕਿ ਜਿਵੇਂ ਕਿ ਐਸੀ ਮਦਦ ਰਮਤ ਕਰਦਾ ਮਿਤੇਂਤੇ ਨੇ ਜਿਹਨੇ ਸਮਾਨ ਭੇਜਿਆ ਦੇ ਵੇਰੀ ਕੌਨਸੀਗਨiare ਲ ਮਾਰਸ਼ੀਆਲੇ ਮਿਤੇਂਤੇ ਕਨੇ ਵਾਪਸ ਮੋੜ ਕੇ ਲਿਆਵੋ ਸਮਾਨ ਮਿਤੇਂਤੇ ਨੂੰ ਯਾਰ ਵਾਪਸ ਮੋੜ ਕੇ ਲਿਆਉਣ ਤੋਂ ਪਹਿਲੇ ਤੁਸੀਂ ਉਹਨੂੰ ਕਮਿਊਨੀਕੇਸ਼ਨ ਕਰਨਾ ਹੈ ਕਮਿਊਨੀਕੇਟ ਕਰਨਾ ਹੈ ਉਹਨੂੰ ਦੱਸਣਾ ਹੈ ਉਹਨੂੰ ਪੁੱਛਣਾ ਹੈ ਕਿ ਭਾਈ ਹੁਣ ਤੁਹਾਡੇ ਸਮਾਨ ਦਾ ਕੀ ਕਰੀਏ ਕਿ ਭੀ ਤਾਂ ਉਹਦਾ ਕੋਈ ਹੋਰ ਹੱਲ ਦੱਸਿਓ ਇਦਾਂ ਹੀ ਸਮਾਨ ਚੁੱਕ ਕੇ ਵਾਪਸ ਲੈ ਜਾਣਾ ਸੌਖਾ ਨਹੀਂ ਹੁੰਦਾ ਵੀ ਠੀਕ ਹੈ ਕਿਉਂਕਿ ਜੇ ਸਮਾਨ ਵਾਪਸ ਆਉਂਦਾ ਨਹੀਂ ਗੱਲ ਯਾਦ ਰੱਖੋ ਸਮਾਨ ਵਾਪਸ ਆਉਣ ਦੀ ਵੀ ਕੋਸਟ ਆਉਂਦੀ ਹੈ ਜੇ ਮੀਤਾਂ ਤੇ ਕਹਿੰਦਾ ਸਮਾਨ ਵਾਪਸ ਲਿਆਓ ਫਿਰ ਵਾਪਸ ਲਿਆਉਣ ਦਾ ਵੀ ਪੈਸੇ ਦੇਗਾ ਉਹ ਠੀਕ ਹੈ ਇਸ ਕਰਕੇ ਵਾਪਸ ਲਿਆਉਣਾ ਸੌਖੀ ਨਹੀਂ ਹੁੰਦਾ ਵੀ ਫਾਲਸੋ ਨਾਲ ਜੀ ਐਮ ਆਰ ਇਲਵੇ ਤੋਰੇ ਕਿ ਨੋ ਨਹਾ ਪੋਸੀਬਲ ਹੈ ਇਸ ਗਵੀਰੇ ਡਿਸਪੋਜੀਸ਼ਨ ਦੇ ਮੀਤਾਂ ਤੇ ਜਿਹੜੇ ਨਹੀਂ ਪੋਸੀਬਲ ਹੈ ਫਾਲੋ ਕਰਨਾ ਡਿਸਪੋਜੀਸ਼ਨ ਜਿਹ ਮੀਤਾਂ ਤੇ ਜਿਵੇਂ ਕਿ ਮੀਤਾਂ ਨੇ ਕਿਹਾ ਸੀ ਦੇਵੇ ਇੰਟਰਰੰਪੇਰ ਵੀ ਆ ਜੋ ਉਹ ਕਹਿੰਦਾ ਉਹ ਸਭ ਫਿਰ ਬੰਦ ਕਰ ਦਵੇ गलत कने फॉल्स होना चाहिए नवी इंसट्रक्शन लवे नवी कम्यूनीकेशन करे दोबारा उन्होंने बेहतर होनी चाहिए कि कम्युनीकेशन करे से नाल ठीक है और इनफॉर्म करे जिस जिन नवी इस करके फाल्स हो क्योंकि समान वापस ले आना आसान नहीं होता समान वापस लेना समान वापस लेसे ने ਜੇ ਤੁਸੀਂ ਸਮਾਨ ਨੂੰ ਰਿਵਰਸ ਰਿਜ਼ਰਵ ਕਰਨਾ ਹੈ ਤਾਂ ਉਹਦੇ ਵੀ ਪੈਸੇ ਵੱਖਰੇ ਹੁੰਦੇ ਨੇ ਠੀਕ ਹੈ ਫਿਰ ਡਿਪੈਂਡ ਕਰਦਾ ਹੁਣ ਸਮਾਨ ਨੂੰ ਰਿਜ਼ਰਵ ਕਰਨ ਦਾ ਅਸੀਂ ਦੇ ਸੜਦੇ ਆ ਜਾਂ ਰੱਖ ਸੜਦੇ ਆ ਸਮਾਨ ਅੱਗੇ ਪਿੱਛੇ ਜੇਕ ਮੰਨ ਲਓ ਫਿਰ ਜੇ ਕੋਈ ਕਮਿਊਨੀਕੇਸ਼ਨ ਨਹੀਂ ਹੋ ਰਹੀ ਮਾਧਮੇ ਤੈਂ ਤਨ ਦੀ ਦਿਸ ਦਿਸਤ ਨਾਲ ਤੇ ਸਮਾਨ ਨੂੰ ਸੀ ਰਿਜ਼ਰਵ ਕਰਾ ਦਿੰਦੇ ਆ ਰਿਜ਼ਰਵ ਕਰਾਉਣ ਦੇ ਮੌਕਾ ਹੈ ਮਰਚੀ ਦੇ ਪੈਰੀ ਵੀ ਲਿਓਵੇ ਰਿਜ਼ਰਵ ਕਰਾਉਣ ਦੇ ਪੈਸੇ ਵਾਧੂ ਲਾ ਜਾਣ ਔਰ ਉਹਦੇ ਵੀ ਪ੍ਰੋਬਲਮ ਉਹਦੇ ਵਿੱਚ ਵੀ ਪ੍ਰੋਬਲਮ ਆ ਜਾਈ ਨਹੀਂ ਕਈ ਵਾਰੀ ਕਿ ਹੁਣ ਮੈਂ ਫਰੂਟ ਆ ਵਰਦੂਰਾ ਲੈ ਕੇ ਜਾ ਰਿਹਾ ਫੋਰ ਐਗਜ਼ਾਮਪਲ ਤੇ ਉਹਨਾਂ ਮੈਂ ਉਹਨੂੰ ਕਹਿੰਦਾ ਵੀ ਰਿਜ਼ਰਵ ਕਰ ਦਿਓ ਉਹ ਰਿਜ਼ਰਵ ਹੋਵੇਗਾ ਨਾ ਫੇਰ ਵੀ ਉਹਦੀ ਕੁਆਲਿਟੀ ਘਟਦੀ ਜਾਏਗੀ ਖਰਾਬ ਹੁੰਦਾ ਜਾਏਗਾ ਕਿਉਂਕਿ ਰਿਜ਼ਰਵ ਹੋਣ ਦੇ ਵੀ ਪੈਸੇ ਖਰਚਾ ਵਧੇਗਾ ਔਰ ਸਮਾਨ ਦੀ ਵੈਲਿਊ ਪੈਸੇ ਕੱਟੀ ਜਾਂਦੇ ਨੇ ਵੈਲਿਊ ਕੱਟੀ ਜਾਂਦੀ ਏ ਇਸ ਕਰਕੇ ਸਿਚੁਏਸ਼ਨ ਤੇ ਡਿਪੈਂਡ ਕਰਦਾ ਠੀਕ ਹੈ ਰਿਜ਼ਰਵ ਕਿਸੇ ਕੋਈ ਕਿਸਮ ਦਾ ਸਮਾਨ ਹੁੰਦਾ ਹੈ ਤੇ ਕੋਈ ਕਿਸਮ ਦਾ ਸਮਾਨ ਜਿਹੜਾ ਹੈ ਉਹ ਸਭ ਤੋਂ ਬਿਹਤਰੀਨ ਹੱਲ ਹੁੰਦਾ ਹੈ ਜਿਹੜਾ ਕਿ ਉਸ ਟਾਈਮ ਤੇ ਵਿਤੋਰੇ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਕਿ ਜਿਹੜਾ destinatario emitterte ਜਿਸ ਨਾਲ ਸਮਾਨ ਤੋਂ ਤੁਹਾਡੇ ਵਾਲੇ ਕੀਤੇ ਤੁਹਾਡੇ ਸਪੋਰਟ ਕੀਤੇ ਵੀ ਉਹਨੂੰ ਕਿਵੇਂ ਫਾਇਦਾ ਹੋ ਸਕੇ ਇੱਥੇ ਤੱਕ ਕਿ ਜੇ ਤੁਸੀਂ ਸਮਝਦੇ ਹੋ ਵੀ ਜੇ ਫਰੂਟਾ ਵਿਰਦੂਰਾ ਵੇ ਜੇ ਇਹਨੂੰ ਜ਼ਿਆਦਾ ਦੇਰ ਅਸੀਂ ਰੱਖ ਨਹੀਂ ਸਕਦੇ ਜਾਂ ਫਿਰ ਅਸੀਂ ਉਹਨੂੰ ਰੱਖਾਂਗੇ ਤੇ ਇਹਦੇ ਜਿਹੜਾ ਰਿਜ਼ਰਵਡ ਕਰਨ ਦਾ ਖਰਚਾ ਹੋ ਜ਼ਿਆਦਾ ਵੇ ਔਰ ਇਹਦੀ ਕੁਆਲਿਟੀ ਘਟੇਗੀ ਫਰੂਟਾ ਵਿਰਦੂਰਾ ਤੇ ਫਿਰ ਉਹਨੂੰ ਵੇਚਣਾ ਮناسب ਹੁੰਦਾ ਹੈ ਵੇਚ ਕੇ ਵੇਚ ਵੀ ਸਕਦੇ ਹੋ ਯਾਨੀ ਕਿ ਉਹਦਾ ਵੀ ਬੰਦੋਬਸਤ ਕਰਨਾ ਮناسب ਹੁੰਦਾ ਹੈ ਕਿ ਜਿਹੜਾ ਭੇਜਣਾ ਲੈ ਜਾਂ ਫਿਰ ਜਿਹਨੂੰ ਮਿਲਣਾ ਹੈ ਸਮਾਨ ਉਹਨੂੰ ਕਾਟਾ ਜ਼ਿਆਦਾ ਨਾ ਪਵੇ ਵੀ कहने लाला जिया मारे बतूरे के नो ना पोसीबिल पर सुखवीरे पोसीबल ए दिसवीरे दिसंते जिन्नी पॉसिबल है फॉलो कर सके इंडिकेशन जिमेंसिया मितेंत ने दबे दीचे दर कहने डिसाइड करे इन बाजे परोपियो कनवी कॉनवीनियनजा सेंसा कम्यूनीकार ल मितेंत कहने वनू चाहिए कि आप यार आपे डिसाइड नहीं करना जब कम्यूनीकेशन हो सकती है मितेंत न तो फिर क्यों ना कम्यूनीकेशन करिए इस करके गलत के ना फालसो है आपे एडा सियां नहीं मनना भी फालसो नाला चीआमार जरा कहा इमपोसीबिले बीर व्याजियो जिद नहीं मुमकिन है सफर जारी जारी रखना इलवे तोरे जरा देवेदार ने कम्यूनीकेशो ने सोलो वाल मीत कम्युनीकेशन सिर्फ ये देगा मीत सिर्फ मीत देगा अस उत पढ़ गए ना कि देना है? एक नंबर मीत कम्यूनीकेशन करनी है ठीक है नहीं करनी लेकिन सोलो मीत नहीं करनी है भी क्योंकि दस्तीनाधारी भी कम्यूनीकेट करना है ठीक है उसू भी इनफॉर्म करना है ठीक है जी कोई भी प्रॉब्लम आती है इस करके फालसो नैला चिया मार नैला काजो द इम्पोसीबिलिटा दरुसबीर भी अजियो जिद नहीं मुमकिन है कंटिन्यू रखना सफर इल बतौरे इन नचारी हो बतोरे इन है कि ने दया कम्यूनीकेशो ने तैनते ने पूरे दस्तिनाथारी कहने लोड़ है उन्होंने ਕਿ ਕਮਿਊਨੀਕੇਸ਼ਨ ਦੇ ਐਮਿਟੈਂਟ ਨੂੰ ਨਾ ਹੀ ਦਸਤਨਤਾਰੀ ਨੂੰ ਗਲਤ ਕਿਨ ਫਾਲਸ ਹੋਇਆ ਕਿ ਉਹ ਨਹੀਂ ਲੋਰ ਹੈ ਵੀ ਦੋਵਾਂ ਨੂੰ ਦੇਣੀ ਹੁੰਦੀ ਹੈ ਸਿ ਐਮਿਟੈਂਟ ਤੇ ਸਿ ਦਸਤਨਤਾਰੀ ਇਸ ਕਰਕੇ ਫਾਲਸ ਹੋ ਨਲਜੀ ਆ ਮਾਰਨ ਲਗਾ ਤੁਸੀ ਇੰਪੋਸੀਬਲ ਪ੍ਰਸਕ੍ਰੀਵਰੇ ਵਿਆਜੋ ਨਹੀਂ ਪੋਸੀਬਲ ਹੈ ਫਰ ਜਾਰੀ ਰੱਖਣਾ ਇਹ ਵੀ ਤੋਰ ਦੇ ਵਿਦਾਨ ਹੈ ਕਮਿਊਨੀਕੇਸ਼ਨ ਹੈ ਅਬ ਬਸ਼ਾਤ ਤਰ ਤਰ ਇਟਾਲੀਅਨ ਐਮਬੈਸੀ ਯਰ ਇਟਾਲੀਅਨ ਐਮਬੈਸੀ ਦਾ ਫਿਚਾਰੀ ਤਾਂ ਕੀ ਕਸੂਰ ਹੈ ਪ੍ਰਾਈਵੇਟ ਕੰਪਨੀਆਂ ਨੇ ਠੀਕ ਹੈ ਹੋ ਸਕਦਾ ਹੋਣਾ ਤੇ ਇਟਾਲੀਅਨ ਐਮਬੈਸੀ ਦਾ ਕੀ ਕਸੂਰ ਹੈ ਕਿਨ ਪ੍ਰੈਸ ਵਾਸਤਾ ਤੋਂ ਇਨਕੀ

ਨੀ ਕਰ ਸਕਦੇ ਆ ਰੀਅਲਾਈਜ਼ ਆ ਰਿਹਾ ਹੋ ਗਿਆ ਹੈ ਰੀਅਲਾਈਜ਼ ਹੋ ਗਿਆ ਹੈ ਬਿਤੂਰੇ ਨੂੰ ਕਿ ਜਿਹੜਾ ਟਰਾਂਸਪੋਰਟ ਹੈ ਅਸੀਂ ਟਾਈਮ ਸਿਰ ਨਹੀਂ ਕਰ ਸਕਦੇ ਮੋਦਲੀ ਤਦੀ ਕੋਸਤੀ ਰਿਜ਼ੁਲਤੀ ਲੈਟਰ ਦੀ ਬਿਤੂਰਾ ਉਹਦੇ ਮੁਤਾਬਕ ਜਿਵੇਂ ਕਿ ਇਹ ਅਸੀਂ ਕਰਨੀ ਸੀ ਇੰਡੀਕੇਸ਼ਨ ਸੀ ਜਿਵੇਂ ਲੈਟਰ ਦੀ ਬਿਤੂਰਾ ਦੇ ਅਕੋਰਡਿੰਗ ਅਸੀਂ ਨਹੀਂ ਕਰ ਸਕਦੇ ਆ ਵੀ ਠੀਕ ਹੈ ਜਦ ਤੁਹਾਨੂੰ ਲੱਗਦਾ ਕਿ ਸੀ ਹਾ ਇੰਪੈਦੀਮੈਂਟੋ ਇੰਪੈਦੀਮੈਂਟ ਰਿਕਵਰ ਤਦ ਹੋ ਜੇਗੀ ਰਿਲਜ਼ਾ ਤੋ ਵੇਜੋ ਕਾਂਡੋ ਜਿਸਕੰ ਵਿੱਚ ਸਫਰ ਦੀ ਰਿਕਵਰ ਤੁਹਾਨੂੰ ਉਸ ਟਾਈਮ ਪਤਾ ਲੱਗ ਜੇਗੀ ਜਿਸ ਟਾਈਮ तो पता लगता है कि तुम जितना टाइम जो टाइमिंग लिखी हुई है ए, लत्रा दतूरा अकोडिंगी अकॉर्डिंग कौन सीनिया या फिर समान नहीं बचा सदते द्रिश कंटेवेयर होने जी हैं मारी वतूरे के दुप अवेयर है कम्युनिकात लमितंते जब कम्यूनीकेश करने बाद इमपोसीबिलिटा दारे अर महीने व्याजीओदी कुरता तो कहने जिस टाइम के नहीं पोसीबल है कि तुम खत्म कर सको यानी कि सफर जित अकोर तो हो उस जगह के सफर नहीं खत्म होता पाया भी एक नहीं हो रही प्रॉपर उस तरीके और नॉन रिची वालकून इस तरशियो ने जो कोई और इंस्ट्रक्शन नहीं मिल रही है भी नवी हबलीगो दारे प्रवेदी मेहनती प्यू अपरदूनी क्या फिर उधर तय ओबलीगो है तो तो कि एक मुनासब इकदम करे अल इंतरेसा द्रे तो ज ਇਹ ਇੰਟਰਸਟ ਵਿੱਚ ਯਾਨੀ ਕਿ ਫਾਇਦੇ ਵਿੱਚ ਹੋਵੇ ਉਸ ਮਦੰਦੇ ਦੇ ਜਿਹੜੇ ਤੁਹਾਡੇ ਤੁਹਾਡੇ ਸਪੋਰਟਸਮੈਨ ਕੀਤੇ ਹੈ ਜੇ ਕੋਈ ਕਮਿਊਨੀਕੇਸ਼ਨ ਨੂੰ ਪ੍ਰੋਪਰ ਨਮੀ ਨਹੀਂ ਮਿਲ ਰਹੀ ਹੈ ਤੇ ਕੋਸ਼ਿਸ਼ ਕਰੋ ਜਿਹੜਾ ਸਮਾਰ ਭੇਜ ਨਾਲ ਜਿਹੜਾ ਲਾਈਨ ਵਾਲਾ ਉਹਦੇ ਆਕ ਵਿੱਚ ਜਿਹੜੀ ਚੀਜ਼ ਬਿਹਤਰ ਹੋ ਸਕਦੀ ਹੈ ਉਹ ਤੁਸੀਂ ਕਰੋ ਕਿਹੜੀ ਚੀਜ਼ ਇੱਕ ਵਿੱਚ ਬਿਹਤਰ ਹੋ ਸਕਦੀ ਹੈ ਜਿਵੇਂ ਕਿ ਫੋਰ ਐਗਜ਼ਾਮਪਲ ਹੈ ਤੇ ਸੰਪੇ ਮਿਸਾਲ ਦੋਤੇ ਦੁਬਿਸ਼ਤਾਰੀਲਾ ਮਾਰਚੀ ਡਿਪੋਜ਼ਿਟਾਰੀਓ ਵਿੱਚ ਭਈ ਦੋ ਸਮਾਨ ਠੀਕ ਹੈ ਡਿਪੋਜ਼ਿਟਾਰੀ ਵਿੱਚ ਯਾਨੀ ਕਿ ਅ ਥਰਡ ਪਾਰਟੀ ਨੂੰ ਦੇ ਦਿਓ ਕਿਰਾਏ ਤੇ ਸਮਾਨ ਕੇ ਉਹ ਤੁਹਾਡਾ ਸਮਾਨ ਸੇਫ ਡਿਪੈਂਡ ਕਰਦਾ ਹੈ ਸਮਾਨ ਕਿਹੜਾ ਹੈ ਨਾ ਕਿਈ ਸਮਾਨ ਸਰਦੀ ਗਰਮੀ ਇਹ ਉਹ 95 ਟੈਂਪਰੇਚਰ ਵਿੱਚ ਰੱਖਣਾ ਹੁੰਦਾ ਉਹਦੇ ਫਿਰ ਉਸ ਹੱਦ ਤੱਕ ਪੈਸੇ ਹੁੰਦੇ ਨੇ ਠੀਕ ਹੈ ਤੇ ਡਿਪੈਂਡ ਕਰਦਾ ਉਹ ਤੁਹਾਨੂੰ ਯਾਨੀ ਕਿ ਕਿਦਰਾਏ ਕਿਰਾਏ ਤੇ ਰਖਾ ਦਿਓ ਸੇਫ ਰਖਾ ਦਿਓ ਤੇ ਜਾਂ ਫਿਰ ਅ ਥਰਡ ਪਾਰਟੀ ਨੂੰ ਠੀਕ ਹੈ ਔਰ ਇਹਦੇ ਵਿੱਚ ਵੀ ਧਿਆਨ ਰੱਖਣਾ ਕਿ ਇਹ ਨਾ ਹੋਵੇ ਕਿ ਜਿਹੜਾ ਜੇਰਾ ਤੁਸੀਂ ਅ ਪੈਸੇ ਵਗੈਰਾ ਜਿਹੜੇ ਨੇ ਕਿਰਾਇ ਵਗੈਰਾ ਦਿੰਦੇ ਹੋ ਇਹਨਾਂ ਵਸਤੂਆਂ ਦੀ ਕੀਮਤ ਉਹਦੇ ਨਾਲੋਂ ਥੋੜੀ ਹੋ ਜਾ ਕਰਾਇਆ ਵੱਧ ਜਾਂਦਾ ਹੋਵੇ ਠੀਕ ਹੈ ਇਹ ਵੀ ਧਿਆਨ ਰੱਖਣਾ ਹੈ ਜੇ ਤੁਹਾਨੂੰ ਲੱਗਣਾ ਹੈ ਔਰ ਇਹਦੀ ਦੁਲਾਵਾਈ ਸ ਵਿੱਚ ਮناسب ਇਹ ਵੀ ਹੁੰਦਾ ਹੈ ਕਿ ਆਖਰੀ ਹਾਲ ਆਖਰੀ ਆਖਰੀ ਹਾਲ ਜਦ ਕੋਈ ਵੀ ਹਾਲ ਨਹੀਂ ਰਹਿੰਦਾ ਇਹ ਵੀ ਨਾ ਠੀਕ ਹੈ ਤੇ ਫਿਰ ਤੁਸੀਂ ਸਮਾਨ ਨੂੰ ਡਿਸਪੋਰੇ ਲਾਵੰਦਤਾ ਯਾਨੀ ਕਿ ਦੇਲਾ ਮਾਰਚ ਯਾਨੀ ਕਿ ਤੁਸੀਂ ਅ ਜੇ ਵਿਤੋਰ ਚਾਏ ਜੇ ਉਹਨੂੰ ਕੋਈ ਔਰ ਸਿਚੁਏਸ਼ਨ ਨਹੀਂ ਮناسب ਲੱਗਣ ਲਗੀ ਇਹ ਮਿੱਤੇਨ ਤੇਯਾਂ ਦੇ ਸਟੈਨਟਰੀਓ ਲਈ ਇਹ ਕਮਿਊਨੀਕੇਸ਼ਨ ਵੀ ਨਹੀਂ ਹੋ ਰਹੀ ਤਾਂ ਸਮਾਨ ਸਮਝ ਦਿਓ ਕਿ ਇਹ ਦਪਤਰੀ ਵਿੱਚ ਰੱਖਣ ਦੇ ਕਾਬਿਲ ਨਹੀਂ ਹੈ ਵੀ ਠੀਕ ਹੈ ਇਨਕੇ ਮਾਰ ਫੋਰ ਐਗਜ਼ਾਮਪਲ ਮਰਚੀ ਦਪਰੀ ਵੀ ਲਿਆ ਜਿਹੜਾ ਕਿ ਪਤਾ ਹੈ ਟੈਂਪਰੇਚਰ ਅੰਡਰ ਟੈਂਪਰੇਚਰ ਸਪੈਸੀਫਿਕ ਰੱਖਣਾ ਹੁੰਦਾ ਜੇ ਉਹ ਸਮਾਨ ਜੇ ਇਸ ਤਰ੍ਹਾਂ ਬਾਹਰ ਰੱਖਾਂਗੇ ਜਾਂ ਟੈਂਪਰੇਚਰ ਪ੍ਰੋਪਰ ਵੀਚ ਨਾਲ ਰੱਖਾਂਗੇ ਤਾਂ ਉਹ ਖਰਾਬ ਹੋਣ ਦਾ ਖਤਰਾ ਹੁੰਦਾ ਜੇ ਫਰੂਟਾ ਵਧੂਰਾ ਹੋ ਜਾ ਤਾਂ ਉਹ ਤਾਂ ਵੀ ਖਰਾਬ ਹੋਵੇਗਾ ਠੀਕ ਹੈ ਕਿਉਂਕਿ ਜੋ ਜੋ ਪਰਾਣਾ ਹੁੰਦਾ ਜਾਏਗਾ ਸਮਾਨ ਦੀ ਕੀਵਲਟੀ ਕੀਮਤ ਘਟਦੀ ਜਾਏਗੀ ਇਸ ਕਰਕੇ ਉਹ ਸੂਰਤ ਵਿੱਚ ਉਹ ਡਿਸਾਈਡ ਕਰ ਸਕਦਾ ਹੈ ਆਖਰੀ ਹੱਲ ਇਹ ਥਿਸਪੋਰਿੰਗ ਲਾ ਵੈਂਡਿਟਾ ਵੀ ਕਿ ਬੰਦੋਪੋਸਟ ਕਰ ਸਕਦਾ ਹੈ ਉਹਨੂੰ ਵੇਚਣ ਦਾ ਵੀ ਕਿਉਂਕਿ ਉਹਨੇ ਸੋਚਣਾ ਹੈ ਕਿ ਜੇ ਸਮਾਨ ਪਿਆ ਪਿਆ ਜੇ ਉਹਦੀ ਕੁਆਲਿਟੀ ਖਤਮ ਹੋ ਜੰਦੀ ਖਰਾਬ ਹੋ ਜਾਂਦੀ ਹੈ ਇਨਕੀ ਆਖਰੀ ਹਾਲ ਹੁੰਦਾ ਇਹ ਕਰਨਾ ਨਹੀਂ ਹੁੰਦਾ ਜਨਰਲੀ ਤੇ ਜੇ ਸਮਝੋ ਕਿ ਕੁਆਲਿਟੀ ਖਤਮ ਹੁੰਦੀ ਹੈ ਉਹ ਬੰਦੋਪੋਸਟ ਕਰੇ ਉਹਦੇ ਵੇਚਣ ਦਾ ਵੀਗੇ ਸਮਾਨ ਦੀ ਕੁਆਲਿਟੀ ਖਤਮ ਜਾਂ ਖਰਾਬ ਹੋਣ ਤੋਂ ਪਹਿਲੇ ਉਹ ਕਮਸ ਕਮ ਕੁਝ ਚੀਜ਼ ਉਹਦੇ ਚੋਂ ਨਿਕਲ ਸਕੇ ਹਾਲਾਂਕਿ ਇਹਦਾ ਕੰਮ ਬਤੁਰਦਾ ਨਹੀਂ ਹੁੰਦਾ ਇਹ ਗੱਲ ਕਰ ਰਿਹਾ ਨਾ ਇਹ oportuno مناسب ਹੋਣਾ ਚਾਹੀਦਾ ਉਹਦੇ ਇੰਟਰਸਟ ਦੇ ਵਿੱਚ ਮਾਲਕ ਦੇ ਵਿੱਚ ਕਿ ਜਿਵੇਂ ਉਹਦੇ ਲਈ ਬਿਹਤਰ ਹੋ ਸਕੇ ਕਿਉਂਕਿ ਇਨਸਟਰਕਸ਼ਨ ਤਾਂ ਨਵੀਂ ਨਹੀਂ ਮਿਲ ਰਹੀ ਹੈ ਵੀ ਠੀਕ ਹੈ ਕਿ ਗੇ ਇਨਸਟਰਕਸ਼ਨ ਵੀ ਟੈਂਟੇ ਜਾਂ ਇਸ ਦਿ ਸਨਟਰੀ ਦਰੂਮ ਲਈ ਗਈ ਤੇ ਫੇਰੀ ਮੰਦਾ ਅਗੇ ਵਿਛੇਲਦਾ ਜੁਲਦਾ ਨਾ ਇਹ ਨਹੀਂ ਕੁਝ ਵੀ ਹੁੰਦਾ ਤੇ ਆਖਰੀ ਹਾਲੇ ਇੱਥੇ ਦੁਨੀਆ ਹੋ ਸਕਦੇ ਜਿਹੜਾ ਕਿ ਕਦੀ ਵੀ ਨੈਕਟਰੀ ਬਨ ਯੂਜ਼ ਨਹੀਂ ਕੀਤਾ ਜਾਂਦਾ ਇਹ ਵੀ ਨਲਾ ਚੀਆ ਮਾਰੇ ਵੇ ਤੂਰੇ ਕੇ ਦੋਪੋ ਅਵੇਰੇ ਕਮਿਊਨੀਕਾਟੋ ਅਲ ਮਿਟੈਂਤੇ ਜਦ ਇਹ ਮਾਰਜਿਲਾ ਹੈ ਵਿਤੂ ਰਜਿਲਾ ਹੈ ਦੋਪਰ ਰਿਕਵਰ ਕਮਿਊਨੀਕੇਟੋ ਮੀਟੈਂਟੇ ਮੀਟੈਂਟੇ ਕਮਿਊਨੀਕੇਸ਼ਨ ਕਰਨ ਤੋਂ ਬਾਅਦ ਇੰਪੋਸੀਬਲ ਦਾ ਯਾਨੀ ਕਿ ਨਾ ਮੌਮਕਨ ਹੈ ਉਹਦੇ ਨਾਲ ਕਮਿਊਨੀਕੇਸ਼ਨ ਕਰਨਾ ਠੀਕ ਹੈ ਜਿਵੇਂ ਕਿ ਪਿਛਲੇ ਕੁਐਸਚਨਾਂ ਵਿੱਚ ਦੱਸ ਰਹੀ ਸੀ ਪਿਛਲੇ ਵਿੱਚ ਇੰਪੋਸੀਬਲ ਹੈ ਯਾਨੀ ਕਿ ਨਾ ਮੌਮਕਨ ਹੈ ਉਹਨਾਂ ਨੂੰ ਕਮਿਊਨੀਕੇਸ਼ਨ ਕਰਨਾ ਪਰ ਤਾਰੇ ਇਟ ਟਰਮੀਨਲ ਵਿਆਜੋ ਕਨਕੋਰਡੋ ਕਹਿੰਦੇ ਤੁਸੀਂ ਉਥੇ ਲੈ ਕੇ ਜਿੱਥੇ ਕਿ ਟਰਮੀਨਲ ਖਤਮ ਹੋਣਾ ਸੀ ਉਹਦਾ ਸਫ਼ਰ ਨੋਨ ਰਿਸੀਵਲ ਕੋਨ ਇਸ ਤਰ੍ਹਾਂ ਸ਼ੂਨੇ ਜੇ ਕੋਈ ਹੋਰ ਨਵੀਂ ਇਨਸਟਰਕਸ਼ਨ ਨਹੀਂ ਲੱਭਦੀ ਹੈ ਨੋਨ ਹਾਲਕੂਨ ਉਹ ਬਲੀ ਕੋਈ ਓਬਲੀਗੋ ਨਹੀਂ ਹੈ ਓਬਲੀਗੋ ਤਾਂ ਬੜੇ ਹੁੰਦੇ ਨੇ ਗਲਤ ਕਿੰਨੇ ਫਾਲਸ ਹੋਇਆ ਇਸ ਕਰਕੇ ਕਿਉਂਕਿ ਸਮਾਨ ਇਹ ਨਹੀਂ ਹੈ ਵੀ ਤੁਸੀਂ ਪਛਾਣਨਾ ਤੁਸੀਂ ਗ੍ਰੇਡ ਸੁਟਾਉਣਾ ਠੀਕ ਹੈ ਕਿਸੇ ਦਵਾਲਿਆ ਕਰਨਾ ਨਹੀਂ ਹੁੰਦਾ ਪਿਆ ਪਿੱਛੇ ਵੀ ਕਮਿਊਨੀਕੇਸ਼ਨ ਨਹੀਂ ਹੋ ਰਹੀ ਫਿਰ ਮੈਂ ਜਿਵੇਂ ਦੱਸਿਆ ਕਿ ਇਹ ਡਿਪੋਜ਼ਿਟਰੀ ਦੇ ਤੁਸੀਂ ਸਮਾਨ ਯਾਨੀ ਕਿ ਉੱਥੇ ਰੱਖਾ ਸੜਨਾ ਹੈ ਇਹ ਇੱਕ ਥਰਡ ਪਾਰਟੀ ਨੂੰ ਰੱਖਾ ਸੜਨਾ ਹੈ ਜਿੱਤੇ ਕਿ ਸਮਾਨ ਪ੍ਰੀਜ਼ਰਵ ਹੋਵੇ ਯਾਨੀ ਕਿ ਸੇਫ ਰਹੇ ਹੋਵੇ ਠੀਕ ਹੈ ਬਚਿਆ ਰਹੇ ਤੇ ਇਸ ਕਰਕੇ ਕਦੇ ਕੋਈ ਓਬਲੀਗੋ ਨਹੀਂ ਹੈ ਫਾਲਸ ਹੋ ਗਿਆ ਕੁਐਸਚਨ che nella chiamare il vetture che dopo avere comunicato limitato impossibile di quelle quali lander gente sabba di question insieme che è impossibile di porre portare termine al viaggio il concordo di tecnico si vuole che sia appena sofferto un caso con ieri che continuiamo come casco non riceve alcuna istruzione riporta la merci al luogo di carico venne be luogo di carico con una mia istruzione di mille che be ਨੋਟ ਜੀ ਕੋਈ ਕੋਨਸਟਰੈਕਸ਼ਨ ਹੈ ਕਿ ਨਹੀਂ ਜੀ ਨਹੀਂ ਇਨਸਟਰਕਸ਼ਨ ਨਵੇਂ ਮਿਲਦੀ ਰਿਪੋਰਟ ਆ ਫਿਰ ਤੁਸੀਂ ਲੈ ਕੇ ਆਜੋ ਸਮਾਨ ਮੱਲੇ ਮਾਰ ਚੀ ਸਮਾਨ ਨੂੰ ਅੱਲੂ ਕੋ ਅਧਿਕਾਰੀ ਕੋ ਜਿੱਥੋਂ ਕਰੀ ਕਿਉਂ ਕੀਤਾ ਸੀ ਦੇਖੋ ਜੀ ਗਲਤ ਕਿਨ ਫਾਲਸ ਹੋਇਆ ਅੱਲੂ ਕੋ ਅਧਿਕਾਰੀ ਕੋ ਤੈਸੂਬੀਤ ਨੇ ਲੈ ਕੇ ਆਉਣਾ ਹੁੰਦਾ ਹੈ ਵੀ ਦੇਖੋ ਜੀ ਮੰਨ ਲਓ ਤੁਸੀਂ ਵਾਪਸ ਦੂਜੇ ਤੀਜੇ ਮੁਲਕ ਲੈ ਕੇ ਆਇਓ ਸਮਾਨ ਠੀਕ ਹੈ ਤੇ ਤੁਸੀਂ ਫਿਰ ਵਾਪਸ ਲੂਗੋ ਅਧਿਕਾਰੀ ਕੋ ਤਾਂ ਲੈ ਆਉਂਦੇ ਸਮਾਨ ਕੀ ਫਾਇਦਾ ਹੋਵੇਗਾ ਵਾਪਸ ਆਉਣ ਦੇ ਵੀ ਪੈਸੇ ਦੇਣੇ ਹੁੰਦੇ ਨੇ ਤਾਂ ਤਾਂ ਨੇ ਠੀਕ ਹੈ ਇਸ ਕਰਕੇ e il vero che non è vero e nella GMR il vettore che dopo aver comunicato il metente il vettore che comunicazione comunicato il metente è impossibile portare il termine di viaggio concordato perché non è possibile sopravvivenire e non ricevere alcuna istruzione che non abbia avuto l'istruzione ovvero se il lavoratore non ਪ੍ਰਿਮੋ ਪੋਸਟੋ ਆਹ ਡੇਟੋ ਕਿ ਨੇ ਪਹਿਲੀ ਪੋਸਟੋ ਤੇ ਇਸ ਕਾਰੀ ਕੋ ਕਰਦੇ ਮਾਰਚਿਆ ਗਲਤ ਕਿ ਨਿਫਾਸ ਹੋਇਆ ਇਦਾਂ ਦੀ ਕੋਈ ਚੀਜ਼ ਨਹੀਂ ਕਰਨੀ ਆ ਵੀ ਇਸ ਤਰ੍ਹਾਂ ਇਸ ਕਾਰੀ ਕੋ ਮਾਰਚਿਆ ਨਹੀਂ ਕਰ ਸਕਦੇ ਆ ਵੀ ਸਰਕਾਰੀ ਕੋ ਜਿੱਥੇ ਮਾਰਚੀ ਤੁਸੀਂ ਡਿਲੀਵਰੀ ਕਰਨੀ ਹੈ ਨਾ ਉਸ ਨੂੰ ਸੈਨ ਲੈਣਾ ਹੁੰਦਾ ਫਿਰ ਕੰਟ੍ਰੈਕਟ ਮੁਕੰਮਲ ਹੋਣਾ ਇਸ ਕਰਕੇ ਇਹ ਵੀ ਫਾਸੋ ਅਜਰਾ ਨੀਲਾ ਸੀ ਐਮ ਆਰ ਜਿਹੜਾ ਹੈ ਸਿਹਾ ਇੰਪੈਡੀਮੈਂਟੋ ਅਸੋਲੂਟAMENTE ਕੋ ਲਾ ਰੀਅਲਾਈਜ਼ਾਟੋ ਵਿਜਾਗੋ ਕਿ ਨੇ ਜਿਸ ਟੈਮ ਤੁਹਾਨੂੰ ਉਸ ਮੇ ਸਾਫ ਹੁੰਦਾ ਕਿ ਰੀਅਲਾਈਜ਼ ਹੁੰਦਾ ਕਿ ਤੁਸੀਂ ਰਕਾਵਟ ਹੋ ਗਈ ਹੈ ਜਨ ਕਿ ਤੁਹਾਡੇ ਸਫਰ ਦੇ ਵਿੱਚ ਕਦੋਂ ਕਿਸ ਟਾਈਮਸ ਆਸੁੰਦਾ ਕਦੋਂ ਇਲ ਕੋਸਟੋ ਡੈਲ ਟ੍ਰਾਂਸਪੋਰਟੋ ਸੁਪੇਰਾ 10% ਕਨੇਬੇ ਕਨੇਬੇ ਜਿਸ ਟਾਈਮ ਕੋਸਟ ਜਿਹੜੀ ਹੈ ਟ੍ਰਾਂਸਪੋਰਟ ਕਰਨ ਦੀ 10% ਵੱਧ ਜਾਏ ਕੋਲੇ ਪ੍ਰਵਿੰਤ ਦੀ ਬਾਤ ਹੋ ਜਿਹੜੀ ਪ੍ਰਵਿੰਤ ਪ੍ਰਵਿੰਤ ਦੀ ਬਾਤ ਹੋ ਸਿਰ ਨਹੀਂ ਜਿਹੜੇ ਕਿ ਪਹਿਲੇ ਕੋਸ ਸੀ ਉਹਦੇ ਤੋਂ 10% ਵੱਧ ਜਾਏ ਤੇ ਕਨੇਬੇ ਇਦੇ ਤੁਹਾਨੂੰ ਲੱਗੇਗਾ ਕਿ ਰਕਾਵਟ ਗਲਤੀ ਨਿਫਾਸ ਹੈ ਜਨਾ ਕੋਈ ਦਤ ਤਲਕ ਨਹੀਂ ਹੈ ਜਿਹੜਾ ਤੁਸੀਂ ਕੰਟਰੈਕਟ ਜਿਹਨਾਂ ਦਾ ਕਰ ਲੈਣਾ ਉੱਥੇ ਰਹਿਣਾ costo per neanche tenere a cui fregne pendola che nella chiamare impedimento assoluto alla realizzato e del viaggio impedimento toccato c'è tono relazion che soffre devi ci manchi e quando il tempo di previsto per consegna della marcia in storia del 10 per cento che ne gerati stampa franche da 10 per cento catted e quando effettivo gestione di 10 per cento carto vede कौन तो ई कौन तो इल टाइम देखो जी गलत कहीं फालस हो जी ट जो टाइम तुम्हें दिता दस परसेंट कट्ट हो रुकावट थोड़ी बनती है इस करके फालस हो ठीक है ये रुकावट नहीं बनती है, है, है? ये है, है जी तो बढ़िया चीज़ जी पहले समान पहुँचाते हो तो मसला नहीं होंट नहीं पहुँचना चाहिए इस करके फाल्स हो कलची एम आर इंपे की मेहनता सलूत हो ਇਹ ਆਲਾ ਰਿਸਟੋਰ ਰਿਆਲਜ਼ਾਟੋ ਦੇ ਵਿਆਜੀਓ ਕਾਂਡੋ ਵੇਟੂਰੇ ਸੇ ਮਾਰੀਸੇ ਲੇਟਰਾ ਦੋਈ ਵੇਟੂਰਾ ਕਹਿੰਦੇ ਪਏ ਇਹ ਕਹਿੰਦੇ ਪਏ ਇਸ ਤਰ੍ਹਾਂ ਹੋਏਗਾ ਜਿਵੇਂ ਕਿ ਰਿਕਵਰਟ ਹੈ ਸਫਰ ਦੇ ਵਿੱਚ ਜੇ ਤੁਹਾਡਾ ਲੇਟਰਾ ਦੀ ਵੇਟੂਰਾ ਗਵਾਚ ਜਾਂਦਾ ਹੈ ਲੇਟਰਾ ਦੀ ਵੇਟੂਰਾ ਗਵਾਚ ਜਾਂਦਾ ਨਾ ਭਾਵੇਂ ਗਵਾਚ ਵੀ ਜਾ ਲੇਟਰਾ ਦੀ ਵੇਟੂਰਾ ਉਹਦੇ ਨਾਲ ਕੰਟ੍ਰੈਕਟ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਕੰਟ੍ਰੈਕਟ ਉੱਤੇ ਆਪਣੀ ਜਗ੍ਹਾ ਤੇ ਹੀ ਰੋਏਗਾ ਇਸ ਕਰਕੇ ਇੱਕ ਕੁਐਸਚਨ ਵੀ ਫਾਲਸ ਹੋ ਤੇ ਕਿੰਨੇ ਸਫਰ ਕਰ ਸਕਦੇ ਹੋ ਜੀ ਸਫਰ ਤੁਸੀਂ ਕਰ ਸਕਦੇ ਹੋ ਜੀ ਐਮਾਰ ਦੇ ਨਾਲ ਜਿਵੇਂ ਕਿ ਮੈਂ ਪਹਿਲੇ ਤਾਂ ਦੱਸ ਚੁੱਕਿਆ ਹਾਂ ਜੇ ਤੁਸੀਂ ਕਰਦੇ ਹੋ ਨਾ ਇਕਬਾ ਦਾ ਜੋ ਨੈਸ਼ਨਲ ਲੈਵਲ ਤੇ ਤਾਂ ਕਿਸੇ ਹੋਰ ਦੇ ملک ਦੇ ਵਿੱਚ ਤੁਸੀਂ ਤਿੰਨ ਸਫਰ ਮੈਕਸਿਮਮ ਕਰ ਸਕਦੇ ਹੋ ਮੰਨ ਲਓ ਇਥੋਪੀਆ ਨਸੀ ਗਏ ਸੀ ਤੇ ਸਪੇਨ ਦੇ ਵਿੱਚ ਅਸੀਂ ਮੈਕਸਿਮਮ ਤਿੰਨ ਸਫਰ ਕਰ ਸਕਦੇ ਹਾਂ ਜੀ ਸਿਰਫ ਇੱਕ ਕੰਟਰੀ ਸਪੇਨਸ ਪੇਨ ਦੇ ਵਿੱਚ ਹੀ ਫਿਰ ਸਾਨੂੰ ਵਾਪਸ ਇਟਲੀ ਵਿੱਚ ਮੋੜਨਾ ਪਵੇਗਾ ਤੇ ਜਿਹੜਾ ਔਰ ਜਿਹੜਾ ਹੁੰਦਾ ਵੇ ਚਿਆਮਤ ਚਿਆਮਤ ਦੇ ਕੋਬੇ ਦਾ ਜੀ ਬਲੀ ਗੱਲ ਗੀ ਚਿਆਮਤ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਹੁੰਦਾ ਹੈ ਜਿਹਦੇ ਵਿੱਚ ਨਾਨ ਯੂਰਪੀਅਨ ਕੰਟਰੀਜ਼ ਵੀ ਆ ਨੇ ਤੁਸੀਂ ਕਰ ਸਕਦੇ ਹੋ ਮੈਕਸਿਮਮ 3 ਸਫਰ ਕਰ ਸਕਦੇ ਹੋ ਜਿਹੜੇ ਤੁਸੀਂ ਕਰਨੇ ਨੇ ਠੀਕ ਹੈ ਮੈਕਸਿਮਮ 3 ਸਫਰ ਤੇ ਉਹਦੇ ਤੋਂ ਬਾਅਦ ਫਿਰ ਤੁਸੀਂ ਆਪਣੇ ਜਿਹੜੇ ਜਿਹੜੀ ਥਾਂ ਤੇ ਤੁਹਾਡੀ ਇੰਪ੍ਰੈਸਰ ਵਗੈਰਾ ਕੰਪਨੀ ਹੈ ਜਿੱਥੇ ਇੰਪ੍ਰੈਸਰ ਸਟੈਬਲੀਮੈਂਟ ਹੋਇਆ ਉਹ ਤੇ ਤੁਸੀਂ ਫਿਰ ਵਾਪਸ ਮੋੜਨਾ ਹੈ ਠੀਕ ਹੈ ਜੀ ਤੇ ਜਿੱਥੇ ਐਂਪ੍ਰੀਸ ਉਸ ਤੋਂ ਮੁਰਨਾ ਜੇ ਇਚੇ ਮਤ ਹੈ ਜੇ ਜਿਹੜੀ ਕੰਟਰੀ ਵਿੱਚ ਗਏ ਸੀ ਉਸ ਕੰਟਰੀ ਵਿੱਚ ਆਪਣੀ ਕੰਟਰੀ ਵਿੱਚ ਵਾਪਸ ਮੁਰਨਾ ਹੈ ਜੇ ਕਾਬੁਦਾਜੀ ਹੋਏ ਤੇ ਲੇਕਿਨ ਚੀਐਮਆਰ ਇਸ ਇਸ ਲੈਜ ਦੇ ਵਿੱਚ ਕਾਨੂੰਨ ਵਿੱਚੋਂ ਬਰੀ ਉਸ ਮੈਂ ਚੀਐਮਆਰ ਦੇ ਵਿੱਚ ਤੁਸੀਂ ਭਾਵੇਂ ਆਪਣੇ ਮੁਲਕ ਤੋਂ ਬਾਹਰ ਰਹੋ ਜਿੰਨੇ ਮਰਜ਼ੀ ਸਫਰ ਕਰੋ ਕੋਈ ਰੋਕ ਟੋਕ ਨਹੀਂ ਹੈ ਵੀ ਠੀਕ ਹੈ ਜਿੱਤੇ ਤੁਹਾਡਾ ਕੰਮ ਵਧੀਆ ਚੱਲਦਾ ਸਰਦਾ ਸਾਰੋਗੇ ਇਸ ਕਰਕੇ ਚੀਐਮਆਰ ਦੇ ਵਿੱਚ ਰਿਕਵਰਡ ਨਹੀਂ ਹੈ ਹਾਂਜੀ ਤੇ ਹੁਣ ਮੈਂ ਤੁਹਾਨੂੰ ਗੱਲ ਕਰਾਂ ਇਨਕਾ ਜੀ ਦੀ ਪੈਰਦੀ ਦਾ ਇਨ ਕੇ ਜੇ ਪੈਰਦੀ ਦਾ ਪੈਦਾ ਵਿੱਚ ਡਿਪੈਂਡ ਕਰਦਾ ਹੈ ਕਿ ਪੈਰਦਾ ਪਰਜਿਆ ਲਿਆ ਹੈ ਤੋ ਤਾਲਿਆ ਹੈ ਪਰਜਿਆ ਲਿਆ ਯਾਨੀ ਕਿ ਮੰਨ ਲਓ ਕਿ ਚਾਰ ਪੀਸ ਤੁਸੀਂ ਲੈ ਕੇ ਜਾ ਰਹੇ ਸੀ ਕਿ ਇੱਕ ਵੀ ਜੁਗ ਜਾਂਦਾ ਰਿਹਾ ਉਹ ਪਰਜਿਆ ਲਿਆ ਹੋਵੇਗਾ ਯਾਨੀ ਕਿ ਕੁਝ ਪਾਰਟ ਬਚ ਕੇ ਕੁਝ ਜਾਇਆ ਹੋ ਗਿਆ ਹੈ ਤੋ ਤਾਲੇ ਯਾਨੀ ਕਿ ਟੋਟਲੀ ਚੋਰੀ ਹੋ ਗਿਆ ਡਿਗ ਪਿਆ ਜਾਇਆ ਹੋ ਗਿਆ ਜਾਂ ਫਿਰ ਟੋਟਲੀ ਸਮਾਨ ਖਰਾਬ ਹੋ ਗਿਆ ਜਿਵੇਂ ਫਰੂਤ ਦਾ ਵਰਦੁਰਾ ਖਰਾਬ ਵੀ ਹੋ ਜਾਂਦਾ ਉਹਨੂੰ ਪੈਰਦੇ ਦਾ ਤੋ ਤਾਲੇ ਕਮਣਗੇ ਤੇ ਯਾਨੀ ਕਿ ਜਿਹੜਾ ਕਮਰਚੀਆਬਿਲ ਨਾ ਹੋਵੇ ਯਾਨੀ ਕਿ ਜਿਹੜਾ ਵੇਚਣ ਦੇ ਕਾਬਿਲ ਨਾ ਹੋਵੇ ਉਹਨੂੰ ਕੌਣ ਕੇ ਪੈਰਦਾ ਤਾਂ ਤਾਲੇ ਠੀਕ ਹੈ ਜੀ ਤੇ ਅਵਾਰੀਆ ਹੁੰਦਾ ਜਿਵੇਂ ਕਿ ਸਮਾਨ ਦੀ ਸਮਾਨ ਆਪਣੀ ਉਹ ਕੁਆਲਿਟੀ ਨਹੀਂ ਰਹਿ ਜਾਂਦੀ ਕੋਈ ਸਮਾਨ ਦੀ ਜਿਦਕੇ ਸਮਾਨ ਦੀ ਜਿਹੜੀ ਕੁਆਲਿਟੀ ਸੀ ਨਾ ਜਿਹਦੇ ਬੇਸ ਤੇ ਉਹਦੇ ਕੀਮਤ ਸੀ ਕਿਉਂਕਿ ਲੇਟ ਹੋ ਜਾਏਗਾ ਸਮਾਨ ਮੰਨ ਲਓ ਫਰੂਤਾ ਵਰਦੁਰਾ ਜਿੱਦੇ ਅੱਜ ਪੈਦਾ ਦਾ ਪੈ ਜਾਣਗੀ ਤਿਆਰੀ ਕਰ ਲੈ ਉਹਦੀ ਕੁਆਲਿਟੀ ਉਹ ਨਹੀਂ ਬ੍ਰੈਂਡ ਗਈ ਹੈ ਵੀ ਠੀਕ ਹੈ ਤੇ ਯਾਨੀ ਕਿ ਤੁਸੀਂ ਇਹ ਗੱਲ ਕਰਨੇ ਪਰਦੇ ਤਾ ਦੀ ਅਵਾਰੀ ਖਰਾਬ ਹੋਣ ਦੀ ਔਰ ਰਿਟਾਰਡ ਦੇ ਹੋ ਦੇ ਕੌਨ ਸੇ ਨਹੀਂ ਜੇ ਲੇਟ ਹੋ ਜਾ ਕੌਨ ਸੇ ਨਹੀਂ ਹਾਂ ਤਾਂ ਠੀਕ ਹੈ ਜੀ ਤੇ ਉਹਦੇ ਇਲਾਵਾ ਅਸੀਂ ਗੱਲ ਕਰਾਂਗੇ ਇਹ ਇਹਦੇ ਇਲਾਵਾ ਕੌਣ ਦੇ ਵਿਤੋਰੇ ਨਨ ਰਿਸਪੌਂਸਿਬਲ ਜਿਸ ਤੰ ਵੀ ਤੋਰੇ ਰਿਸਪੌਂਸਿਬਲ ਨਹੀਂ ਹੁੰਦਾ ਕਿ ਨਸੁਕਤੀਆਂ ਵਿੱਚ ਠੀਕ ਹੈ ਜੀ ਕਹਿੰਦੇ ਬਨਲਾ ਜੀ ਐਮ ਆਰ ਸੀਹਾ ਪੈਰਦੀ ਤਾ ਤੋਤਾਲੇ ਕਹਿੰਦੇ ਪੈਰਦੀ ਤਾ ਤੋਤਾਲੇ ਮੰਨਿਆ ਜਾਏਗਾ ਕਦ ਮੰਨਿਆ ਜਾਏਗਾ ਪੈਰਦੀ ਤਾ ਤੋਤਾਲੇ ਯਾਨੀ ਕਿ ਟੋਟਲੀ ਸਮਾਨ ਖਤਮ ਖਰਾਬ ਜਾਂ ਹੋ ਗਿਆ ਠੀਕ ਹੈ ਪੈਰਦੀ ਤੋਤਾਲੇ ਨਨ ਅਵਾਰੀਆ ये अवारी नहीं है कौंद मारची दिवेंता ओबीतीवा मेहनते नॉन कमरचिया बिले जिस टाइम के समान जो है वह कमरचिया यानी के वो कारोबार कर दे वेचन के काबल नहीं रहा यानी कि खराब हो गया ना फिर ठीक है नलासुआ तो नलासुआ तो तालीता जी वो तुताली आन के स्या वार या रिफ्रिजरेट भावें टोटली भावें खराब खराब भी हो गया ठीक है एद सोलो पार्ट नैला मार्च आता एक पार्ट जो समान था वह जो खराब भी हो गया तो भावें या कि खराब भी हो गया यानी कि बेचने के काबल नहीं रहा पैदा तुताली होना ठीक है वे रोकने वे नैला मार्च जो समान नी एमआर सॉरी नाची एम आर ਅਵਾਰੀ ਇਦਾਨੀਗਾਮੈਂਟ ਉਹ ਅਵਾਰੀ ਯਾਹ ਫਿਰ ਜਿਹੜਾ ਨੁਕਸਾਨ ਹੋਇਆ ਹੋਵੇ ਠੀਕ ਹੈ ਅਵਾਰੀ ਹੁੰਦਾ ਖਰਾਬ ਇਹ ਇਲਦਾਨੀਗਾਮੈਂਟ ਦਾਨੀਗਾਮੈਂਟ ਜਿਸ ਸਮਾਨ ਦਾ ਨੁਕਸਾਨ ਹੋਇਆ ਹੋਵੇ ਠੀਕ ਹੈ ਨੁਕਸਾਨ ਹੋਣ ਦਾ ਸਿਚੁਏਸ਼ਨ ਹੋਰ ਹੁੰਦੀ ਹੈ ਅਵਾਰੀ ਦੀ ਹੋਰ ਹੁੰਦੀ ਹੈ ਠੀਕ ਹੈ ਥੋੜੀ ਡਿਫਰੈਂਟ ਹੁੰਦੀ ਹੈ ਲੇਕਿਨ ਅ ਅਵਾਰੀ ਇਦਾਨੀਗਾਮੈਂਟ ਜਦ ਲਾਰਚੀ ਸਮਾਨ ਨੂੰ ਕੋਨ ਕਨਸੀਕੁਐਂਸ ਦੇ ਨਤੀਜੇ ਵਿੱਚ ਰਿਡਿਸ਼ਨ ਦਾ ਸੂਏ ਵਲੋਰ ਇਕਨੋਮਿਕੋ ਯਾਨੀ ਕਿ ਇਕਨੋਮਿਕਲੀ ਦੀ ਵੈਲਿਊ ਘਟ ਜੰਦੀ ਹੈ ਠੀਕ ਹੈ ਇਹ ਤੋਂ ਤਾਂ ਨਾਨ ਕਮਰਚੀਆਬਿਲੀ ਸੀ ਨਾ ਕਿਉਂਕਿ ਉਹ ਪੈਰਦੀ ਦਾ ਤੁਦਾ ਲਈ ਸੀ ਇੱਥੇ ਹੁਣ ਇਹਦੀ ਵੈਲਿਊ ਰ ਜਿਹੜੀ ਵੈਲਿਊ ਸੀ ਕੀਮਤ ਦੀ ਉਹ ਘਟ ਗਈ ਇਹ ਚੀਜ਼ ਦੀ ਘਟ ਗਈ ਹੈ ਪਰ ਅਸ਼ੈਨਦਵਾਨ ਕੋਰਾ ਉਤਲਿਜ਼ਾਬਿਲੀਤਾ ਲੇਕਿਨ ਅਜੇ ਉਤਲਿਜ਼ਾਬਿਲੀਤਾ ਵਿੱਚ ਹੈ ਯਾਨੀ ਕਿ ਇਸਤੇਮਾਲ ਦੇ ਹੋਣ ਦੇ ਕਾਬਿਲ ਹੈ ਕਿਉਂਕਿ ਜਿਹੜਾ ਪੈਰਦੀ ਦਾ ਤੁਦਾ ਲਈ ਹੁੰਦਾ ਹੈ ਉਹ ਇਸਤੇਮਾਲ ਹੋਣ ਦੇ ਕਾਬਿਲ ਨਹੀਂ ਰਿਹਾ ਹੈ ਠੀਕ ਹੈ ਲੇਕਿਨ ਜਿਹੜਾ ਵਾਰੀਆ ਹੋਵੇਗਾ ਭਾਵੇਂ ਉਹਦੀ ਕੁਆਲਿਟੀ ਘਟ ਗਈ ਹੈ ਕੁਆਲਟੀ ਕੰਪਰੋਮਾਈਜ਼ ਯਾਨੀ ਕਿ ਪੈਸੇ ਘੱਟ ਗਏ ਨੇ ਫਿਰ ਉਹਦੇ ਪੈਸੇ ਘੱਟੇ ਨੇ ਲੇਕਿਨ ਇਸਤੇਮਾਲ ਦੇ ਕਾਬਿਲ ਹੈ ਵੇ ਉਹਨੂੰ ਮਨਿਆ ਜਾਏਗਾ ਵਾਰੀਆ ਜਿਹੜਾ ਕਿ ਇਸਤੇਮਾਲ ਕਰਨ ਦੇ ਕਾਬਿਲ ਹੈ ਲੇਕਿਨ ਕੁਆਲਟੀ ਥੋੜੀ ਘੱਟ ਜਾਵੇ ਰੋਇਆ ਨਾਲ ਜੀ ਐਮ ਆਰ ਸੀ ਹਾ ਪੈਰਦੀ ਦਾ ਤੋਤਾ ਲੇ ਪੈਰਦੇ ਦਾ ਤੋਤਾ ਲੇ ਹੁੰਦਾ ਜੀ ਐਮ ਆਰ ਦੇ ਵਿੱਚ ਨੋਨ ਅਵਾਰੀਆ ਖਰਾਬ ਨਹੀਂ ਹੋਣਗਾ ਲਾ ਮਾਰਚੀ ਸਮਾਨ ਪੋਏਸਰੇ ਕੋਲੋਕਾਤੋ ਸੋਲ ਮਰਕਾਤੋ ਡਿਸਿਨਾਸਿਓਨੇ ਆਪਰੇਜ਼ੋ ਇਰੀਜ਼ੋਰ ਇਰੀਜ਼ੋਰਿਓ ਪ੍ਰੈਜ਼ੋ ਰਿਜ਼ੋਰੀਓ ਯਾਨੀ ਕਿ ਕੀਮਤ ਹੈ ਨਾ ਉਹਦੀ ਪਾਵੇਂ ਕੀਮਤ ਘੱਟ ਹੀ ਹੈਗੀ ਮੰਨ ਲਿਓ ਠੀਕ ਹੈ ਲੇਕਿਨ ਕੀਮਤ ਹੈ ਨਾ ਉਹਦੀ ਜਦ ਕੀਮਤ ਹੈ ਤੇ ਫਿਰ ਪਰਦੇ ਦਾ ਤੋਟਾਲੇ ਨਹੀਂ ਹੋਵੇਗਾ ਫਿਰ ਹੋਵੇਗਾ ਕੀ ਹੋਵੇਗਾ ਫਿਰ ਅਵਾਰੀਆ ਵਿੱਚ ਜਾਵੇਗਾ ਠੀਕ ਹੈ ਸਿਰ ਕੇ ਫਾਲਸੋ ਨੱਚੀ ਮਾਰਸੀ ਸਿਹਾ ਪਰਦੇ ਦਾ ਤੋਟਾਲੇ ਕਿਨੇ ਪਰਦੇ ਦਾ ਤੋਟਾਲੇ ਹੁੰਦਾ ਹੈ ਨੋ ਨਵਾਰੀਆ ਖਰਾਬ ਨਹੀਂ ਹੋਣਗਾ ਕਵਾਂਦਰ ਵਲੋਰ ਦੇਲਾ ਮਾਰਸੀ ਜਿਸਟਮ ਵੈਲਿਊ ਜਿਹੜੀ ਮਾਸਮਾਨ ਦੀ ਟ੍ਰਾਂਸਪੋਰਟ ਦਾ ਜਿਹੜਾ ਤੁਸੀਂ ਟ੍ਰਾਂਸਪੋਰਟ ਕੀਤਾ ਹੈ ਨੋਨ ਇੰਡੀਕਾ ਲੈਟਰ ਦੇ ਬਤੂਰਾ ਜਿਹੜਾ ਇੰਡੀਕੇਟ ਨਾ ਕੀਤਾ ਗਿਆ ਹੋਵੇ ਲੈਟਰ ਦੇ ਬਤੂਰਾ ਵਿੱਚ ਯਾਰ ਜਿਹੜਾ ਸਮਾਨ ਮੰਨ ਲਓ ਲੈਟਰ ਦੇ ਬਤੂਰਾ ਵਿੱਚ ਨਹੀਂ ਲਿਖਿਆ ਵੀ ਠੀਕ ਹੈ ਪਹਿਲੇ ਤਾਂ ਲਿਖਿਆ ਹੋਣਾ ਚਾਹੀਦਾ ਜੇ ਨਹੀਂ ਲਿਖਿਆ ਉਹਦੇ ਨਾਲ ਵੈਲਿਊ ਥੋੜੀ ਘਟਦੀ ਹੈ ਸਮਾਨ ਤਾਂ ਸਮਾਨ ਹੀ ਹੁੰਦਾ ਨਹੀਂ ਇਸ ਕਰਕੇ ਇਸ ਕਰਕੇ ਉਹ ਪੈੜ ਦੇ ਦਾ ਤੋਟਾਲ ਨਹੀਂ ਬਣਿਆ ਜਾਏਗਾ ਉਹ ਇੱਕ 에ਰਰ ਹੋਵੇਗਾ ਜੁਰਮਾਨਾ ਹੋ ਸਕਦਾ ਹੈ ਉਹਦਾ ਵੀ ਪਹਿਲੇ ਲੈਟਰ ਦੇ ਬਤੂਰਾ ਤੁਸੀਂ ਪ੍ਰੋਪਰ ਤਰੀਕੇ ਨਾਲ ਕਿਉਂ ਨਹੀਂ ਫਿਲ ਕੀਤਾ ਹੈ ਵੀ ਉਹਦਾ ਮੁੱਲ ਤਾਂ ਹੋਵੇ ਵੱਖਰੀ ਗੱਲ ਹੈ ਅਦਰਵਾਇਜ਼ ਹੈ ਲੇਕਿਨ ਉਹਦੇ ਵਿੱਚ ਇਹ ਨਹੀਂ ਹੋ ਸਕਦਾ ਹੈ ਵੀ ਕਿ ਪੈੜ ਦੇ ਦਾ ਤੋਟਾਲ ਹੋ ਜਾਏਗਾ ਫਾਸ ਹੋ ਗਿਆ ਠੀਕ ਹੈ ਜੀ हां जी कहंदे ने बे के ना सीएमआर पाई क्वेश्चन हुई सी हां परदे तो ताले कने परदे तो ताले होवेगा ए ई नॉन अवारिया और खराब नहीं माने जाएगा नु यानी कि कुछ पार थोड़ा बहुत जन की जदी क्वालिटी कट जंदी लेकिन चीज बिकने के काबिल हुंदी है कौन दो रिजल्ट आ अवारिया रजिस्टरम खराब हो जंदा है ये खराब हो जंदा तो खराब के माने जाएगा कने भारतीय दला मार्ची ट्रांसपोर्टर जेरा तो पार सामान जेरा ट्रांसपोर्ट कीता सो नु साथे ए मेसे प्यू लेट्रड दरा जे ज्यादा और लेट्रड विदुरा ਵਿਚ ਇਜਾਜ਼ਤ ਹੈ ਤੇ ਦਿੱਤਾ ਗਿਆ ਤੇ ਗਲਤ ਕਿਨਵੇਂ ਫਾਲਸ ਹੋਇਆ ਜਿਆਦਾ ਵਾਰੀ ਤੇ ਫਿਰ ਅਵਾਰੀ ਦੀ ਕਟਗਰੀ ਜਾਵੇਗਾ ਨਾ ਇਸ ਕਰਕੇ ਫਾਲਸੋ ਕੈਨੇਬੇ ਨਲਾ ਚੇਆ ਮਾਰ ਜਰਾ ਹੈ ਅਵਾਰੀਆ ਖਰਾਬ ਜਰਾ ਹੋਣਾ ਹੈ ਦਨ ਗਿਆ ਮੈਂ ਤੋਂ ਜੇ ਨੁਕਸਾਨ ਜਰਾ ਹੁੰਦਾ ਤੇ ਮਰਚੀ ਸਮਾਨ ਦਾ ਕਨ ਰਿਡਿਊਸਿਓਨ ਦਲ ਸੂਏ ਵੈਲੋਰੀ ਗਲੋਮਿਕੋ ਕੈਨੇ ਰਿਡਿਊਸ ਹੋ ਜੇਗੀ ਵੈਲਿਊ ਇਕਨੋਮਿਕਲੀ ਹੋਦੀ ਇਦਨ ਲਾ ਉਤਲੀ ਜਾ ਬਿਲਤਾ ਉਰ ਇਸਤੇਮਾਲ ਦੇ ਕਾਬਜ ਵਿੱਚ ਨੀ ਰਹਿਣ ਲਗਾਏ ਵੀ ਦੇਖੋ ਗੱਲ ਕਰਨੇ ਵਾਸਤੇ ਇਹ ਇਸਤੇਮਾਲ ਦੇ ਕਾਬਲ ਤਾਂ ਹੁੰਦਾ ਹੋਵੇ ਠੀਕ ਹੈ ਕਹਿੰਦੇ ਬਈ ਜੀ ਨਲਜੀਆ ਮਾਰ ਅਵਾਰੀਆ ਇਲ ਦਾਨੀ ਗਿਆ ਮੈਂ ਤੋਂ ਜਿਹੜਾ ਮਾਰਜੀ ਅਵਾਰੀ ਜਿਹੜਾ ਹੁੰਦਾ ਉਹ ਦਾਨੀ ਗਿਆ ਮੈਂ ਤੋਂ ਨੁਕਸਾਨ ਨੂੰ ਦੇਖੋ ਜੀ ਅਵਾਰੀਆ ਹੋਰ ਚੀਜ਼ ਹੈ ਮੈਂ ਤੁਹਾਨੂੰ ਪਹਿਲੇ ਦੱਸਿਆ ਤੇ ਦਾਨੀ ਗਿਆ ਮੈਂ ਤੋਂ ਹੋਰ ਚੀਜ਼ ਹੁੰਦੀ ਹੈ ਠੀਕ ਹੈ ਜੀ ਅਵਾਰੀਆ ਦਾਨੀ ਗਿਆ ਮੈਂ ਤੋਂ ਵਿੱਚ ਕੀ ਚੀਜ਼ ਫਰਕ ਹੈ ਦਾਨੀ ਗਿਆ ਮੈਂ ਤੋਂ ਹੁੰਦਾ ਜਿਵੇਂ ਕਿ ਮੰਨ ਲਓ ਫੋਰ ਐਗਜ਼ਾਮਪਲ ਐਕਸੀਡੈਂਟਲੀ ਨੁਕਸਾਨ ਹੋਇਆ ਚੀਜ਼ਾਂ ਨੂੰ ਉਹਨੂੰ ਕਹਿੰਦੇ ਦਾਨੀ ਗਿਆ ਮੈਂ ਤੋਂ ਨੁਕਸਾਨ ਹੋ ਗਿਆ ਠੀਕ ਹੈ ਜੀ ਅਵਾਰੀ ਹੁੰਦਾ ਚੀਜ਼ ਜਿਵੇਂ ਪ੍ਰਾਣੀ ਵੀ ਜਿੰਦੀ ਖਰਾਬ ਹੋ ਜਾਂਦੀ ਹੈ ਠੀਕ ਹੈ ਇਸ ਕਰਕੇ ਦੋ ਕਨਸੈਪਟ ਡਿਫਰੈਂਟ ਨੇ ਇਹ ਗਲਤ ਕਿਨੇ ਵੀ ਫਾਲਸ ਹੋਇਆ ਅਵਾਰੀ ਜਿਹੜਾ ਦਾਨੀ ਕਿਹਾ ਮੈਂ ਤੋਂ ਨਹੀਂ ਹੁੰਦਾ ਇਹ ਵੀ ਕਿਨਾਂ ਲੈ ਨਾ ਲੈ ਜੀ ਅਮਾਰ ਅਵਾਰੀਆ ਇਹ ਲਾ ਪਰਦੀਤਾ ਦਲਾ ਉਤੀ ਲਿਜ਼ਾਬੀਲਿਤਾ ਅਵਾਰੀ ਦਾ ਮਤਲਬ ਹੈ ਪਰਦੀਤਾ ਤੁਸੀਂ ਖੋਦ ਹੁੰਦੇ ਇਸਤੇਮਾਲ ਦੇ ਕਾਬਲ ਨਹੀਂ ਰਹਿੰਦਾ ਮਰ ਜਿਹੜਾ ਸਮਾਨ ਹੈ ਇਸਤੇਮਾਲ ਦੇ ਕਾਬਰ ਰਹਿੰਦਾ ਵੈਲਿਊ ਘਟ ਜਾਂਦੀ ਹੈ ਠੀਕ ਹੈ ਸਿਰਫ ਫਾਲਸ ਹੋ ਨਲਾ ਚੀਆ ਮਾਰਜਾ ਹੈ ਲੈ ਮਾਰਚੇ ਇਨ ਤੈਂਦੇ ਆਵਰੀਆਤ ਆ ਜਿਹੜਾ ਸਮਾਨ ਤੁਸੀਂ ਦੇਖਦੇ ਹੋ ਕਿ ਖਰਾਬ ਹੋ ਗਿਆ ਕਵੰਦੋ ਬੀ ਇ ਉਨਾ ਵਰੀਆਸੀਓਨੇ ਦਲਾ ਡਿਫਰੈਂਸ ਡਿਫਰੈਂਜ਼ਾ ਨੈਲਾ ਸਟਾਟੋ ਫਿਜੀਕੋ ਦਲਾ ਮਾਰਚੇ ਕਨੈਟ ਡਿਫਰੈਂਟ ਆ ਜਾਂਦਾ ਜਿਹੜਾ ਫਿਜ਼ਿਕਲੀ ਜਿਹੜੀ ਹਾਲਤ ਹੈ ਜ਼ਾਹਰੀ ਹਾਲਤ ਹੈ ਮਰਚੀ ਸਮਾਨ ਦੀ ਟ੍ਰਾਂਸਪੋਰਟਾ ਜਿਹੜਾ ਤੁਸੀਂ ਟ੍ਰਾਂਸਫਰ ਕਰਦੇ ਆ ਤਾਲੇ ਦਾ ਅਬਾਸਾਰ ਨੇ ਇਲ ਵਲੋਰੇ ਕਮਰਚਿਅਲੇ ਔਰ ਵਲੋਰੇ ਕਮਰਚਿਅਲੇ ਵੀ ਦੀ ਕੱਟ ਜਾਏਗੀ ਕਮਰਸ਼ੀਅਲ ਵੈਲਿਊ ਵੀ ਘਟ ਜਾਈ ਜਾਨੀ ਕਿ ਪੈਸਿਆਂ ਦੀ ਪੈਸੇ ਵੀ ਦੇ ਘਟ ਜਾਣਗੇ ਵੈਲਿਊ ਘਟ ਜਾਏਗੀ ਦੀ ਠੀਕ ਹੈ ਜੇਰੀ ਗੱਲ ਡਿਫਰੈਂਸ ਜੇ ਕੁਆਲਿਟੀ ਚ ਆਵੇਗਾ ਤਾਂ ਜੇਰੀ ਗੱਲ ਪੈਸੇ ਦੀ ਵੈਲਿਊ ਦੇ ਘਟੇਗੀ ਨਾ ਇਹਨੇ ਵਾਰੀਆ ਕਹਿੰਦੇ ਨੇ ਨਾਲਾ ਚੀਆ ਮਾਰਲਾ ਮਾਰਚਾ ਇੰਟੈਂਡ ਦੇ ਵਾਰੀਆ ਜਿਹੜਾ ਖਰਾਬ ਹੋਇਆ ਸਮਾਨ ਕਹਿੰਦੇ ਨੇ ਕੁੰਦ ਵੇਰੀਏਸ਼ਨੇ ਡਿਫਰੈਂਸ਼ੀਆਲ ਜਦ ਵੇਰੀਏਸ਼ਨ ਉਤਰਾ ਚੜਾ ਆਉਂਦੇ ਡਿਫਰੈਂਸ ਆ ਡਿਫਰੈਂਸ ਆ ਡਿਫਰੈਂਟ ਹੁੰਦਾ ਹੈ ਨੈਰਾਸਟਾਟੋ ਫਿਜੀਕੋ ਫਿਜ਼ਿਕਲ ਯਾਨੀ ਕਿ ਜ਼ਾਹਰੀ ਹਾਲਤ ਦੇ ਵਿੱਚ ਜਿਸ ਤਰ੍ਹਾਂ ਉਹ ਡਿਫਰੈਂਟ ਨਜ਼ਰ ਆਉ ਇਨਫਲੂਐਂਸ ਹੈ ਕੈਨ ਅ ਨੀ ਅਸਰ ਅੰਦਾਜ਼ ਕਰਦਾ ਪ੍ਰਭਾਵਿਤ ਨਹੀਂ ਕਰਦਾ ਹੈ ਵੀ ਇਟਸ ਆਫ ਸਲ ਬਲੋਰ ਇਕ ਕਮਰਸ਼ੀਅਲ ਕੈਨ ਕਮਰਸ਼ੀਅਲ ਯਾਨੀ ਕਿ ਪੈਸਿਆਂ ਦੀ ਵੈਲਿਊ ਨੂੰ ਦੀ ਪ੍ਰਭਾਵਿਤ ਅਸਰ ਅੰਦਾਜ਼ ਨਹੀਂ ਕਰਦਾ ਕਿਉਂ ਨਹੀਂ ਕਰਦਾ ਹੈ ਵੀ ਜਦ ਚੀਜ਼ ਦੀ ਕੀਮਤ ਜਦ ਘਟ ਜਾਏਗੀ ਜਦ ਹੀ ਕੱਲੇ ਇੱਕ ਹਫਤਾ ਪਹਿਲਾਂ ਸੇਵ ਹੋਏ ਤੇ ਕੱਲ ਦੇ ਸੇਵ ਹੋਏ ਨੂੰ ਫਰਕ ਤਾਂ ਹੁੰਦਾ ਨਾ ਜਦ ਦੀ ਵੈਲਿਊ ਘਟ ਜਾਏਗੀ ਤੇ ਉਹਦੀ ਕੀਮਤ ਵੀ ਘਟੇਗੀ ਇਸ ਕਰਕੇ ਕੈਨ ਬੀ ਨੋਨ ਇਨਫਲੂਐਂਸਾ ਕੈਨ ਅਸਰ ਅੰਦਾਜ਼ ਜਾਂ ਪ੍ਰਭਾਵਿਤ ਨਹੀਂ ਹੋਵੇਗਾ ਫਾਲਸ ਹੋਇਆ ਨਲਜੀ ਮਾਰਲੇ ਮਾਰਚੀ ਇੰਤਾਨਦਨ ਅਵਰੇ ਯਾ ਤੇ ਜਿਲਕਾ ਸਮਾਨ ਅਵਾਰੀਆਤ ਖਰਾਬ ਹੋਇਆ ਕਵਾਂਦੋ ਲਵਰੇਸ਼ਿਓਨੇ ਦੇਫਰੇਂਜ਼ਾ ਦਲਾ ਸਟਾਟੋ ਫਿਜੀਕੋ ਜਿਲ ਜ਼ਾਰੀ ਹਾਲਤਾ ਇਸ ਫਿਜ਼ੀਕਲ ਹਾਲਤਾ ਜਿਹਦੀ ਸਮਾਨ ਦੀ ਉਜੀ ਉਹਦੇ ਵਿੱਚ ਜੇ ਵਰੀਏਸ਼ਨ ਉਦਰਾ ਚੜਾਵਾ ਜਾਂਦਾ ਹੈ ਦਲਾ ਮਾਰਚੀ ਟ੍ਰਾਂਸਪੋਰਟਾ ਜਿਹੜਾ ਤੁਸੀਂ ਸਮਾਨ ਟ੍ਰਾਂਸਪੋਰਟ ਕਰਦੇ ਰੀਕੰਦੂ ਚੀਬਲੇ ਅਦ ਆਤੀ ਦ ਦਲਾ ਬੇਤੋਰੇ ਕਹਿੰਦੇ ਦੁਬਾਰਾ ਟ੍ਰਾਂਸਪੋਰਟ ਕਰ ਸਕਦੇ ਹੋ ਨੂੰ ਜਿਸ ਟਾਈਮ ਆਤੀ ਦਰ ਬੇਤੋਰੇ ਜਿਸ ਟਾਈਮ ਕਾਰਵਾਈ ਕਰਾਇਆ ਵਿਤੋਰੇ ਵਗੈਰਾ ਦੇਖੋ ਜੀ ਇਹ ਨਹੀਂ ਕਿ ਟ੍ਰਾਂਸਪੋਰਟ ਕਰਨ ਦੇ ਕਾਬਿਲ ਨਹੀਂ ਰਹਾ ਵੀ ਟ੍ਰਾਂਸਪੋਰਟ ਨਹੀਂ ਕਰ ਸਕਦੇ ਆ ਵੀ ਦੇਖੋ ਜੀ ਟ੍ਰਾਂਸਪੋਰਟ ਕਰ ਸਕਦੇ ਤੁਸੀਂ ਉਹਨੂੰ ਕਿਉਂਕਿ ਉਹ ਅਵਾਰੀਆ ਵੈ ਪੈਰ ਦੀ ਤਾਂ ਤੋਤਾਲੇ ਨਹੀਂ ਹੋਇਆ ਵੀ ਸਰਫਾਲਸੋ ਨੈਲਾ ਜੀ ਐਮ ਆਰ ਲਮਾਰਚੀ ਐਂਤੰ ਦੇ ਅਵਾਰੀਆ ਦਾ ਮਰਚਮਾਨ ਦਾ ਪਤਾ ਲੱਗਦਾ ਕਿ ਖਰਾਬ ਹੋ ਗਿਆ ਹੈ ਕਵਾਂਦੋ ਲਵਰੀਐਸਿਓ ਨੇ ਦੀਫਰੈਂza ਨੈਲਾ ਸਟਾਟੋ ਫਿਜੀਕੋ ਦੈਲ ਮਾਰਚੀ ਟ੍ਰਾਂਸਪੋਰਟਾਤੋ ਜਿਸਟਮ ਵਰੀਐਸਿਓ ਨੇ ਉਤਾਰ ਚੜਾਵਾ ਜਾਂਦਾ ਡਿਫਰੈਂਟ ਆ ਜਾਂਦਾ ਸਟਾਟੋ ਫਿਜੀਕੋ ਵਜ਼ਾਹੀ ਹਾਲ ਤੇ ਵਿੱਚ ਫਿਜ਼ੀਕਲੀ ਹਾਲ ਤੇ ਵਿੱਚ ਦਲਾ ਮਾਰਚ ਟ੍ਰਾਂਸਪੋਰਟ ਦਾ ਜਿਹੜਾ ਸਮਾਨ ਤੁਸੀਂ ਟ੍ਰਾਂਸਪੋਰਟ ਕੀਤਾ ਕਨਸੀਕੁਐਂਸਾ ਦੀ ਔਰਡਿਨੇ ਦੀ ਇਮਪਾਰਟੀ ਦੀ ਦਲਾ ਦੇਸਿਨਾਟਾਰੀਓ ਔਰ ਇਹਨਾਂ ਦੀਜੀਏ ਵਿੱਚ ਜਿਹੜਾ ਔਰਡਿਨੇ ਦੀ ਇਮਪਾਰਟੀ ਜਿਸ ਜਿਸ ਹਸਾਬ ਨਾਲ ਤੁਸੀਂ ਸਮਾਨ ਪਛਾਣਾ ਸੀ ਉਹਦੇ ਅਕੋਰਡਿੰਗ ਕਹਿੰਦੇ ਜੇ ਫਰਕ ਆ ਕਨਸੀਕੁਐਂਸੇ ਦੀ ਔਰਡਿਨੇ ਦੀ ਇਮਪਾਰਟੀ ਦਲਾ ਟਸਿਨਾਟਾਰੀਓ ਇਸਤੇ ਦੀਜੀਏ ਵਿੱਚ ਜਿਹੜਾ ਆਰਡਰ ਦਿੱਤਾ ਆ ਇਸ ਤਰੀਕੇ ਦੇ ਨਾਲ ਦੇਸਿਨਾਟਾਰੀਓ ਨੇ ਗਲਤ ਕਿਨ ਫਾਲਸ ਹੋਇਆ ਇਸ ਕਰਕੇ ਆਇਆ ਇੱਕ ਕੁਐਸਚਨ ਇਨਕੇ ਉਪਦੇਸ ਨਤਾਰੀ ਦਿਨਾਂ ਤੱਕ ਨਹੀਂ ਆ ਵੀ ਠੀਕ ਹੈ ਮੀਤਨ ਤੇ ਆਰਡਰ ਦਿੰਦਾ ਸੀ ਪਤਾ ਟ੍ਰਾਂਸਪੋਰਟ ਕਰਨ ਵਾਲਾ ਸੀ ਆ ਵਿਤੋਰੇ ਤੇ ਕਹਿੰਦੇ ਨਾਲ ਚੀਆ ਮਾਰੇ ਇਨਕਾ ਤੋਂ ਦੀ ਰਿਟਾਰਡੋ ਇਨਕੇ ਜੇ ਲੇਟ ਹੋ ਜਾਤੇ ਠੀਕ ਹੈ ਜੇ ਅਸੀਂ ਪਿਛੇ ਪੜਿਆ ਹੈ ਜਿਵੇਂ ਕਿ ਅ ਪਰ ਡੋ ਟੋਟਲ ਹੋਰ ਜਾਂ ਫਿਰ ਅਸੀਂ ਪੜਿਆ ਵੇ ਅਵਾਰੀਆ ਉਹਨ ਰਿਟਾਰਡੋ ਜੇ ਲੇਟ ਹੋ ਗਿਆ ਇਲਤੀ ਤੋ ਲਾਰੇ ਦੇ ਦਰੀ ਤੋ ਤਿਕਨ ਮਾਲਕ ਨੂੰ ਉਦਰੀ ਤੋਂ ਯਾਨੀ ਕਿ ਅਕਰਖ ਦੇ ਉਹ ਕਿਦਰੇ ਰਿਜ਼ਲਟ ਜੀ ਮੈਂ ਤੋਂ ਜੇ ਰਿਟਾਰਡ ਲੇਟ ਹੋ ਜਾਣਾ ਨਾ ਰਿਲੇਟ ਹੋਣਾ ਇਹ ਨਹੀਂ ਹੈ ਵੀ ਗੱਫਤੇ ਬਾਅਦ ਲੇਟ ਆਵੇ ਤਾਂ ਲੇਟ ਹੋਵੇਗਾ ਜਾਂ 20 ਦਿਨੀਆਂ 10 ਦਿਨ ਉਹਦੀ ਐਕਸਪਾਇਰੀ ਡੇਟ ਹੋਵੇਗੀ ਮੰਨ ਲਓ ਕਿ ਮੈਂ ਸੋਮਵਾਰ ਨੂੰ ਸਵੇਰ 9 ਵਜੇ ਪਹੁੰਚਣਾ ਸੀ ਤੇ ਜੇ ਮੈਂ 9 ਵਜੇ 5 ਮਿੰਟਾਂ ਦੇ ਵੀ ਪਹੁੰਚਦਾ ਉਹ ਨੂੰ ਵੀ ਲੇਟ ਹੀ ਸਮਝਿਆ ਜਾਏਗਾ ਠੀਕ ਹੈ ਉਹ ਨੂੰ ਵੀ ਲੇਟ ਰਿਟਾਰਡ ਸਮਝਿਆ ਜਾਏਗਾ ਕਹਿੰਦੇ ਬਈ ਇਹ ਨਾ ਜੀ ਐਮ ਆਰ ਇਨਕਾਜ਼ੂ ਦੀ ਰਿਟਾਰਡ ਕਿ ਜੇ ਲੇਟ ਹੋ ਜਾਣਾ ਤੇ ਤੁਲਾ ਰਹੇ ਦਿਲ ਰਿਟਾਰਡ ਤੇ ਤੁਲਾ ਰਹੇ ਮਾਲਕ ਨੂੰ ਦਿਲ ਦਿੱਤੀ ਤਾਂ ਆਕ ਰਖਦਾ ਹੈ ਉਹ ਕਿਹਦੇ ਰਿਜ਼ਰਵ ਚ ਹੈ ਮੈਂ ਤੋਂ ਉਹ ਮੁਆਵਜ਼ਾ ਲੈ ਸਕਦਾ ਇੰਨੇ ਨਹੀਂ ਤਾਂ ਜਿਹੜਾ ਨੁਕਸਾਨ ਹੋਇਆ ਉਹਦਾ ਪੈਰ ਪੈਰ ਦਿੱਤਾ ਦਲਾ ਮਾਰਚ ਜਿਹੜਾ ਕਿ ਉਹਦਾ ਸਮਾਨ ਪੈਰ ਦਿੱਤਾ ਹੋ ਗਿਆ ਯਾਨੀ ਕਿ ਯਾਨੀ ਕਿ ਉਹਦਾ ਸਮਾਨ ਖਰਾਬ ਹੋ ਗਿਆ ਲੇਟ ਹੋ ਗਿਆ ਠੀਕ ਹੈ ਉਹਦਾ ਉਹ ਮੁਆਵਜ਼ਾ ਲੈ ਸਕਦੇ ਆ ਕੌਨ ਰੀਡੂਨ ਜੀਆ ਜਦੇ ਵਿੱਚ ਉਹ ਰੀਨਿਊਨ ਜੀਆ ਯਾਨੀ ਕਿ ਉਹ ਜਿਹੜੀ ਡਿਸਾਈਡ ਕਰ ਸਕਦਾ ਕੈਨਸਲ ਕਰ ਸਕਦਾ ਦਲਾ ਇੰਨੇ ਨਹੀਂ ਤਾਂ ਪਰ ਰੀਡਾਰ ਦੋ ਯਾਨੀ ਕਿ ਉਹਦੇ ਆਪਣੀ ਯਾਨੀ ਕਿ ਮਾਲਕ ਦੀ ਜੇ ਤੁਸੀਂ ਲੇਟ ਹੋ ਜਾਂਦੇ ਹੋ ਤੇ ਫਿਰ ਜਿਹੜਾ ਮਾਲਕ ਹੈ ਉਹ ਅੱਕ ਰੱਖਦੇ ਕਿਉਂਕਿ ਤੁਸੀਂ ਟਾਈਮ ਸਿਰ ਚੀਜ਼ ਭਜਾਣੀ ਹੈ ਉਹ ਅੱਕ ਰੱਖਦਾ ਕਿ ਉਹ ਇਹਦੇ ਨਹੀਂ ਤਾਂ ਮੁਆਵਜ਼ਾ ਲਵੇ ਜਿਹੜਾ ਨੁਕਸਾਨ ਹੋਇਦਾ ਰਿਟਾਰਡ ਹੋ ਜਾਂ ਫਿਰ ਇਹਦੇ ਤੇ ਮੈਂ ਤੁਹਾਨੂੰ ਮੁਆਵਜ਼ਾ ਲਵੇ ਜਾਂ ਨਾ ਲਵੇ ਠੀਕ ਹੈ ਜਾਂ ਫਿਰ ਕੈਨਸਲ ਕਰ ਦਵਾਂ ਲੈਣਾ ਸਮਾਨ ਲੈਣ ਦੇ ਵੀ ਕੈਨਸਲ ਕਰ ਸਕਦੇ ਜੇ ਲੇਟ ਹੋ ਜਾਵੇ ਠੀਕ ਹੈ ਤੇ ਇਸ ਕਰਕੇ ਸਮਾਨ ਜਿਹੜਾ ਭਜਾਣਾ ਟਾਈਮ ਸਿਰ ਕਨਾਲਾ ਚੀ ਐਮ ਆਰ ਇਨ ਕਾਜ਼ੂ ਦੇ ਰਿਟਾਰਡ ਹੋਣ ਕੀ ਜੇ ਲੇਟ ਜਨਤ ਤਲਾ ਰਹੇ ਦਾ ਦ੍ਰੀ ਟੋਪ ਉਹ ਕਿਹਦੇ ਤੇ ਕਿਨੇ ਮਾਲਕ ਨੂੰ ਆਕਰਖਦਾ ਹੈ ਜਿਹੜਾ ਕਿ ਕਿਹਦੇ ਰੀਕੋਂਸੇਨੀਆ ਰੀਕੋਂਸੇਨੀਆ ਵਾਪਸ ਮੋ ਚਲਾ ਜਾਏ ਸਮਾਨ ਠੀਕ ਹੈ ਅ ਆਲਤਰੇ ਅ ਇਲ ਟੈਰਮੀਨੇ ਜਿਹੜਾ ਸਮਾਨ ਜਿਹੜਾ ਵੇ ਜਾਵੇ ਮਾਲਕ ਤੇ ਉਹ ਵਾਪਸ ਮੰਗਾ ਸਕਦਾ ਕੁੰਦ੍ਰੀਟੋ ਦੀ ਇੰਡੇਨੀਤਾ ਡੀ ਰਿਟਾਰਡੋ ਜਿਹਦੇ ਵਿੱਚ ਉਹ ਆਕਰਖਦਾ ਹੈ ਇੰਡੇਨੀਤਾ ਮੁਆਵਜ਼ਾ ਲੈ ਸਕਿਆ ਰਿਟਾਰਡੋ ਲੇਟ ਹੋਣ ਦਾ ਦਰਸ਼ਕਾਂ ਵੀ ਵੇਰ ਹੋਇਆ ਕਿਉਂਕਿ ਗਲਤੀ ਤੇ ਇਹ ਫਿਰ ਬਤੂਰੇ ਦੀ ਹੋ ਜਾਈਗੀ ਨਾ ਜੇ ਬਤੂਰੇ ਦੀ ਗਲਤੀ ਹੋਵੇ ਤਾਂ ਠੀਕ ਹੈ ਜੇ ਮੰਨ ਲਓ ਬਤੂਰੇ ਦੀ ਗਲਤੀ ਨਹੀਂ ਹੁੰਦੀ ਮੰਨ ਲਓ ਕਿ ਕਿਉਂਕਿ ਕੋਈ ਹੋਰ ਵੀ ਸਿਚੁਏਸ਼ਨ ਪੇਸ਼ ਆ ਸਕਦੀ ਹੈ ਨਾ ਟ੍ਰਾਫਿਕ ਜਾਮ ਲੱਗ ਗਿਆ ਐਕਸੀਡੈਂਟ ਹੋਇਆ ਸੀ ਗੱਡ ਰੋਡ ਚੱਲ ਨਹੀਂ ਰਹੀ ਆ ਵੀ ਕਿਸੇ ਜ਼ੁਰਤ ਦੀ ਉਹ ਪਹਾੜ ਤੋਂ ਮਿੱਟੀ ਟੈਪੇ ਸੀ ਰੋਡ ਤੇ ਤਾਂ ਰੋਡ ਬੰਦ ਹੋ ਗਈ ਹੈ ਗੱਡੀਆਂ ਚੱਲ ਨਹੀਂ ਜਰਦੀਆਂ ਵੀ ਠੀਕ ਹੈ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੋਵੇਗੀ ਨਾ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਇਹ ਨਹੀਂ ਹੈ ਵੀ ਤੁਸੀਂ ਇਸ ਤਰ੍ਹਾਂ ਜਾ ਕੇ ਹੋਵੋਗੇ ਅਗਲੇ ਮੰਨ ਜਾਣਗੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਕਿ ਤੁਸੀਂ ਜਿੱਥੇ ਉੱਥੇ ਜਿਹੜਾ ਡਿਊਟੀ ਦਾ ਬ ਉਹਦਾ ਨਾਮ ਲਿਖਾ ਕੇ ਉੱਤੇ ਉਹਦੇ ਕੋਲ ਫਿਰਮਾ ਵਗੈਰਾ ਲੈ ਸਕਦੇ ਹੋ ਅਗਲੀ ਪਿਛਲੀ ਗੱਡੀ ਦਾ ਨੰਬਰ ਲੋਡ ਕਰ ਸਕਦੇ ਹੋ ਵੀ ਇਹ ਗੱਡੀ ਮੇਰੇ ਨਾਲ ਡੇਕ ਲੱਗੀ ਸੀ ਯਾਨੀ ਕਿ ਤਸਤੇ ਮੂ ਨਹੀਂ ਇੱਕ ਗਵਾ ਪੈਦਾ ਹੋ ਜਾਂਦਾ ਨਾ ਰਿਟਾਰਡੋ ਦਾ ਜੇ ਗਵਾ ਨਹੀਂ ਹੈ ਤਾਂ ਫਿਰ ਜਿਹੜਾ ਵਿਤੋ ਰਿਆ ਉਹਨੂੰ ਉਹ ਰਿਸਪੌਂਸਿਬਲ ਹੈ ਉਹਨੂੰ ਫਿਰ ਪੇਮੈਂਟ ਕਰੇਗੀ ਕਰਨੀ ਪਵੇਗੀ ਜੇ ਤੁਸੀਂ ਜਾਂਦੇ ਹੋ ਤੁਹਾਡੇ ਇਹ ਰਿਸਪੌਂਸਿਬਿਲਟੀ ਨਾ ਪਵੇ ਇਸ ਚੀਜ਼ ਦੀ ਲੇਟ ਹੋਣ ਦੀ ਇਹ ਅਗਲਾ ਸਮਾਨ ਨਾ ਲਵੇ ਜਾਂ ਕੋਈ ਇਸ ਤਰ੍ਹਾਂ ਦਾ ਸ਼ੱਕੋ ਸ਼ੁਭਾ ਮਸਲਾ ਮਸਾਇਲ ਹੋਵੇ ਤਦ ਤੁਸੀਂ ਜਦ ਇਨ ਕੇਸ ਜੇ ਤੁਸੀਂ ਲੇਟ ਹੁੰਦੇ ਹੋ ਤੁਸੀਂ ਉੱਥੇ ਜਿਹੜਾ ਆਫਿਸ ਆਫੀਸਰ ਹੋਵੇਗਾ ਮਨੂੰ ਮੌਕਾ ਨਾ ਪੁਰਸਾਲੇ ਫਿਰ ਲੱਗੇ ਹੋਣ ਉਹ ਰੋਡ ਨੂੰ ਬਲੌਕ ਅਨਬਲੌਕ ਕਰਨ ਲਈ ਉਹਨਾਂ ਕੋਲ ਸੈਨ ਵਗੈਰਾ ਲੈ ਸਕਦੇ ਹੋ ਉਹਨਾਂ ਨਾਮ ਵਗੈਰਾ ਲਿਖ ਸਕਦੇ ਹੋ ਅਗਲੀ ਪਿਛਲੀ ਗੱਡੀ ਕਿਸਦਾ ਬੰਦੇ ਦਾ ਨੰਬਰ ਚੰਬਰ ਲੈ ਕੇ ਆਉਂਦੀ ਗੱਡੀ ਦਾ ਨੰਬਰ ਲਿਖ ਸਕਦੇ ਹੋ ਵੀ ਮੈਂ ਸੀ ਬਲੌਕ ਨਾਲੇ ਬੀਸ ਬਲੌਕ ਔਰ ਸੂ ਵੀ ਤੋਂ ਇਹ ਇਹ ਚੀਜ਼ਾਂ ਦਾ ਮੀਤਨ ਤੇ ਨੂੰ ਔਰ ਦਸਤਨਾਤਰੀ ਡੋਮਨ ਨੂੰ ਇਨਫੋਮ ਵੀ ਕਰਨਾ ਹੁੰਦਾ ਹੈ ਕਿ ਕੱਲ ਕੋਲੋਂ ਤਰ ਜਦੋਂ ਪੁੱਛਾਂਗੇ ਜਦੋਂ ਚ ਮੈਂ ਤੋਂ ਮਾਫਜ਼ੇ ਦਾ ਤਬ ਬੰਦਾ ਉਹਨਾਂ ਨੂੰ ਦੇ ਸਕਦਾ ਸਕੇ ਕਿ ਇਹ ਵਜ੍ਹਾ ਸੀ ਮੇਰੀ ਇੱذ ਕੋਈ ਗਲਤੀ ਨਹੀਂ ਹੈ ਵੀ ਕਹਿੰਦੇ ਜੀ ਹਮਾਰ ਜਿਹੜਾ ਰਿਟਾਰਡੋ ਇੰਟੈਂਡਰ ਰਿਟਾਰਡੋ ਮਤਲਬ ਹੈ ਕਿ ਮੰਗ ਕਾਰਕੁਨ ਸੀ ਨਹੀਂ ਆਤਾ ਜਿੰਨ ਕਿ ਕੌਨ ਸੀ ਹੋਈ ਨਹੀਂ ਹੈ ਇਦਾਂ ਲ ਮਾਰਚੀ ਸਮਾਂ ਦੀ ਇੰਤ੍ਰੋਲ ਟਰਮੀਨੇ ਕੋਨ ਕਨਵੈਨੂਟੋ ਉਹਦੇ ਅੰਡਰ ਟਾਈਮ ਦੇ ਨਹੀਂ ਹੋਈ ਹੈ ਜਿੱਥੇ ਕੰਟਰੈਕਟ ਹੋਇਆ ਸੀ ਠੀਕ ਹੈ ਜਿਹੜਾ ਟਾਈਮ ਦਾ ਕੰਟਰੈਕਟ ਹੋਇਆ ਸੀ ਮੰਨ ਲਓ ਮੰਡੇ 9 ਵਜੇ ਤੱਕ ਪਹੁੰਚਣਾ ਚਾਹੀਦਾ ਉਸ ਟਾਈਮ ਦੇ ਅੰਡਰ ਨਹੀਂ ਹੋਈ ਹੈ ਹਾਂ ਪੰਜ ਮਿੰਟ ਹੀ ਕਿਉਂ ਲੇਟ ਹੋਇਆ ਲੇਟ ਤਾਂ ਲੇਟ ਹੀ ਹੈ ਨਾ ਠੀਕ ਹੈ ਹਾਂ ਜੀ ਤੇ ਕਹਿੰਦੇ ਬਈ ਐਲਰਜੀ ਐ ਮਾਰ ਜਿਹੜਾ ਹੈ ਇਨ ਕਾਜ਼ੂ ਦੇ ਤਰ੍ਹਾਂ ਦੋ ਇਨਕੇ ਜੇ ਲੇਟ ਹੋ ਜਾਂਦਾ ਹੈ ਇਦੀ ਤੋਂ ਲਾਰੇ ਦਲਦਰੀ ਤੋਂ ਪੋਕੇ ਦਰੇ ਤੇ ਕਹਿੰਦੇ ਮਾਰਗ ਨੂੰ ਹਾਕ ਹਸਾ ਲੈ ਕੇ ਉਹ ਪੁੱਛ ਸਕਦਾ ਹੈ ਸ਼ੇਰ ਦਾ ਚੇ ਮੈਂ ਤੋਂ ਪਰਦੇ ਦਲ ਮਾਰਚੀ ਵੀ ਪਰਦੇ ਦਲ ਮਾਰਚੀ ਜਾਨੀ ਕਿ ਸਮਾਨ ਦਾ ਪਰਦਿਤਾ ਹੋ ਗਿਆ ਹੈ ਪਰਦਾ ਜਾਨੀ ਕਿ ਪਰਦੇ ਤੋਂ ਤਾਲਿਆਂ ਪਰਜ਼ਿਆਲੇ ਹੁੰਦਾ ਠੀਕ ਹੈ ਜੀ ਇਨਕੇ ਸਮਾਨ ਕੁਆਲਟੀ ਕੰਪਰੋਮਾਈਜ਼ ਹੋ ਗਈ ਹੈ ਇਸ ਕਰਕੇ ਪਰਦੇ ਤੋਂ ਤਾਲਿਆਂ ਪਰਜ਼ਿਆਲੇ ਉਹ ਪੁੱਛ ਸਕਦਾ ਹੈ ਇਹ ਇਨਡੈਨਿਦਾ ਰੀਕੌਨਸੇਨਿਆ ਦੇ ਲਾਰਚੇ ਅਲਤਰੇ ਟਰਮੀਨੇ ਔਰ ਇਨਡੈਨਿਦਾ ਆਫਕਨ ਮੁਆਵਜ਼ਾ ਦੂਸਰਾ ਵੀ ਲੈ ਸਕਦਾ ਹੈ ਵੀ ਜਿਹੜਾ ਲੇਟ ਹੋਇਆ ਹੈ ਸਮਾਨ ਉਹਦਾ ਵੀ ਮੁਆਵਜ਼ਾ ਲਵੇ ਗਲਤ ਕੰਪਨੀ ਫੇਲਸ ਹੋਇਆ ਜਾਂ ਤੁਸੀਂ ਲੇਟ ਆਉਣ ਦਾ ਸਮਾਨ ਦਾ ਲੈਣਾ ਠੀਕ ਹੈ ਜੀ ਅਲਤਰੇ ਟੈਰਮੀਨਾ ਯਾਨੀ ਕਿ ਟਾਈਮ ਜਿਹੜਾ ਐਕਸਪਾਇਰੀ ਡੇਟ ਸੀ ਉਹਦੇ ਤੋਂ ਬਾਅਦ ਗਿਆ ਟਾਈਮ ਜਾਂ ਉਹਦਾ ਲੋਸ ਸਮਾਨ ਦਾ ਪੈਸੇ ਜਾਂ ਫਿਰ ਸਮਾਨ ਦੇ ਪੈਸੇ ਲਵੋ ਕਿਉਂਕਿ ਇੱਕ ਹੀ ਚੀਜ਼ ਦੇ ਦੋਰੇ ਪੈਸੇ ਤੁਹਾਨੂੰ ਤੁਸੀਂ ਲੈ ਸਕਦੇ ਹੋ ਇਸ ਕਰਕੇ ਗਲਤ ਕੰਪਨੀ ਫੇਲਸ ਹੋਇਆ ਜਾਂ ਤੁਸੀਂ ਸਮਾਨ ਦੇ ਪੈਸੇ ਲੈ ਲੈਣੇ ਨੇ ਠੀਕ ਹੈ ਸਮਾਨ ਦੇ ਪੈਸੇ ਲੈ ਕੇ ਤੁਹਾਡੇ ਸਮ ਲੇਟ ਰਿਕਨਸੀ ਨਹੀਂ ਹੋਇਆ ਉਧਰ ਜਿਹੜੇ ਮੈਂ ਤੋਂ ਲੈਣਾ ਠੀਕ ਹੈ ਇਹਨਾਂ ਦੋ ਚੀਜ਼ਾਂ ਵਿੱਚੋਂ ਇੱਕ ਡਿਸਾਈਡ ਕਰਨੀ ਹੈ ਇਸ ਕਰਕੇ ਇਹ ਕੁਐਸਚਨ ਫਾਲਸੋ ਕਹਿੰਦੇ ਸਿਰ ਇਹ ਨਾਲ ਕੀ ਹੈ ਮਾਰ ਇਸ ਇਨ ਕਾਜ਼ ਉਦੀ ਰਿਤਾਰਦਨ ਕੇ ਜੇ ਲੇਟ ਹੁੰਦਾ ਹੈ ਇਲਤੀ ਤੁਲਾਰਦ ਦਰਦ੍ਰੀ ਤੋਪਕ ਰੀ ਚੇਵਰੇ ਇਲੇ ਮਾਰ ਚੇ ਕਹਿੰਦੇ ਜਿਹੜਾ ਮਾਲਕ ਹੈ ਉਹਦੇ ਕੋਲ ਹੱਕ ਹੁੰਦਾ ਕਿ ਸੇਵ ਕਰੇ ਸਮਾਨ ਕੌਨ ਰਿਤਾਰਦੋ ਲੇਟ ਮਨ ਨੋਨ ਇਦਰੀ ਤੋ ਅਦ ਅਲਕੂਨੇ ਇੰਦਨੀਤਾ ਲੇਕਿਨ ਕੋਈ ਇੰਦਨੀਤਾ ਕਹਿੰਦੇ ਨੇ ਉਹ ਦਾ ਹਦਰੀਤੋ ਵਾ ਇੱਕ ਮਾਲਕ ਦਾ ਕਿ ਉਹ ਲੇਟ ਸਮਾਨ ਰੀਸੀਵ ਕਰੇ ਲੇਕਿਨ ਕੋਈ ਇੰਦੇ ਨਹੀਂ ਤਾਂ ਕੋਈ ਮੁਆਵਜ਼ਾ ਨਹੀਂ ਲੈਣ ਦਾ ਜਦ ਲੇਟ ਸਮਾਨ ਤੇ ਮੁਆਵਜ਼ਾ ਕਤੋਂ ਨਹੀਂ ਲੈਣ ਦਾ ਇਸ ਕਰਕੇ ਇਹ ਵੀ ਫਾਲਸ ਹੋ। ਕਿਨ ਲਾ ਚੀ ਹੈ ਮਾਰਨ ਕਾਜ਼ੋ ਦੀ ਰਿਟਾਰਡੋ ਚੀ ਹੈ ਮਾਰਨ ਕੇ ਜੇ ਲੇਟ ਹੋ ਜਾਂਦਾ ਹੈ ਇੰਚੇ ਮਾਰ ਦੇ ਅਕੋਰਡਿੰਗ ਜੇ ਸਮਾਨ ਲੇਟ ਹੋ ਜਾਂਦਾ ਹੈ ਇਤ ਤਲਾ ਦੇ ਦਲਦ੍ਰੀਤੋ ਨੋਨ ਪੋਕੇਦਰ ਰਿਜ਼ ਚੀਅਰਮੈਨ ਤੋਂ ਕਨੇ ਰਿਜ਼ ਚੀਅਰਮੈਨ ਤੋਂ ਨਹੀਂ ਲੈ ਸਕਦਾ। ਪਰ ਪਰ ਦਿੱਤਾ ਦਲਾ ਮਾਰ ਚੀ ਸਮਾਨ ਜਿਹੜਾ ਪਰ ਦਿੱਤਾ ਹੋ ਗਿਆ ਉਹਦਾ ਨੇ ਇੰਦੇ ਦੀ ਦਾ ਪਰ ਰਿਟਾਰਡੋ। ਕਨੇ ਬੇ ਨਾ ਹੀ ਉਹ ਲੈ ਸਕਦਾ ਰਿਜ਼ ਚੀਅਰਮੈਨ ਤੋਂ ਸਮਾਨ ਦਾ ਪਰਦੀ ਦਾ ਜਿਹੜਾ ਮਾਰਚੀ ਹੈ ਔਰ ਨਾ ਹੀ ਇਨ ਦੇ ਨੀਤਾ ਦੇ ਰਤਾਰ ਦੋ ਲੈ ਸਕਦਾ ਹੈ ਯਾਨੀ ਕਿ ਲੇਟ ਹੋਣ ਦਾ ਸਮਾਂ ਪੈਸੇ ਨਹੀਂ ਲੈ ਸਕਦਾ ਜਾਂ ਦੋਵਾਂ ਵਿੱਚੋਂ ਇੱਕ ਲੈ ਸਕਦਾ ਹੈ ਮੈਂ ਤੁਹਾਨੂੰ ਉੱਤੇ ਵੀ ਦੱਸਿਆ ਕੁਐਸਚਨ ਚੋਥੇ ਵਿੱਚ ਇਸ ਕਰਕੇ ਇਹ ਵੀ ਗਲਤ ਕਿਨ ਵੀ ਫਾਲਸ ਹੋਇਆ ਠੀਕ ਹੈ ਜਾਂ ਤੁਸੀਂ ਸਮਾਨ ਲੈ ਪੈਸੇ ਲੈਣੇ ਜਾਂ ਫਿਰ ਤੁਸੀਂ ਰਤਾਰ ਦੋ ਲੈ ਸਕਦੇ ਹੋ ਕਹਿੰਦੇ ਨਾਲ ਅਦਰ ਕਹਿੰਦੇ ਦੋ ਨਹੀਂ ਲੈ ਸਕਦੇ ਇਹ ਵੀ ਗਲਤ ਹੈ ਕਹਿੰਦੇ ਦੋ ਲੈ ਸਕਦੇ ਹੋ ਵੀ ਗਲਤ ਹੈ ਕਹਿੰਦੇ ਨਾਲ ਚੀ ਐ ਮਾਰ ਜਿਹੜਾ ਹੈ ਇਹ ਪਰ ਰਿਤਾਰ ਦੋ ਇੰਤੈਂਦੇ ਰਿਤਾਰ ਦੋ ਲੇਟ ਹੋਣ ਤੋਂ ਮਰਾਦ ਇਹ ਹੈ ਕਿ ਰੀ ਕੌਨਸੇਨੀਆ ਦੇਲੇ ਮਾਰਚ ਇੰਤਰੋ ਕੋਰਾਂਤਾ ਜੋਰਨੀ ਦਾ ਲਾ ਟਰਮੀਨਸ ਕੋਨਵਲੂਟੋ ਕਹਿੰਦੇ 13 ਮਹੀਨਾ ਹੋਣ ਤੋਂ ਬਾਅਦ ਐਂਟ੍ਰੋਕਰਨ ਦਾ ਜੋਰ ਨਹੀਂ ਰਹਿੰਦਾ ਅੰਦਰ ਅੰਦਰ ਤੁਸੀਂ ਲੈ ਸਕਦੇ ਹੋ ਦੇਖੋ ਜੀ ਇਹ ਗਲਤ ਕਿਹਨੇ ਪਹਾਲਸ ਹੋਇਆ ਐਂਟ੍ਰੋਕਰਨ ਦਾ ਜੋਰ ਨਹੀਂ ਹੈ ਲੈ ਕੋਈ ਕਨਸੈਪਟ ਹੈ ਹੀ ਨਹੀਂ ਠੀਕ ਹੈ ਜਿਹੜਾ ਕੰਟਰੈਕਟ ਉਹਨਾਂ ਲਈ 3 ਦਿਨ ਦਾ ਹੁੰਦਾ ਜੇ ਮੈਕਸਿਮਮ ਉਹਨੂੰ ਜੇ ਕੰਟਰੈਕਟ ਸਾਈਨ ਨਾ ਹੋਇਆ ਹੋਵੇ ਤਾਂ ਉਹ 6 ਦਿਨ ਦਾ ਹੁੰਦਾ ਹੈ ਤੇ ਲੇਕਿਨ ਜਿਹੜੇ ਜਿਹੜੇ ਇੱਥੇ ਦਿਨ ਦੱਸਣਗੇ ਜਿੰਨਾ ਕੁਐਸਚਨਾਂ ਵਿੱਚ ਉਹ ਕੁਐਸਚਨ ਹੋਣਗੇ ਹੀ ਗਲਤ ਇਸ ਕਰਕੇ ਕਿਉਂਕਿ ਦਿਨਾਂ ਵਾਲੇ ਵੇਰਵਾਲ ਕੁਐਸਚਨ ਹੋਣਗੇ ਕਿਉਂ ਨਹੀਂ ਹੈ ਹੀ ਫਾਲਸ ਹੋਣੇ ਹੋਏ ਇਤਨੇ ਦਿਨਾਂ ਵੀ ਚੋਵੇਗਾ ਇਸ ਕਰਕੇ ਇਹ ਕੁਐ ਕਿਨਨ ਨਾਲ ਮਾਰਚ ਲੇਤੀ ਆ ਮਾਰ ਰਿਟਾਰਡੋ ਇੰਟੈਂਡੇ ਰਿਟਾਰਡੋ ਮਤਲਬ ਹੈ ਮੰਕਾ ਤੋ ਰਿਕੋਨਸੀਨੀਆ ਤੋ ਦਲ ਮਾਰਚ ਮੰਕਾ ਰਿਕੋਨਸੀਨੀਆ ਤੋ ਦਲ ਮਾਰਚ ਯਾਨੀ ਕਿ ਸਮਾਨ ਪਚਾਇਆ ਨਹੀਂ ਹੈ ਵੀ ਨੇਲ ਲੂਗੋ ਦੀ ਡੈਸਟੀਨਾਸ਼ਨ ਹੈ ਕੰਕੋਰਡਾਟੋ ਵੀ ਤੁਸੀਂ ਇਹ ਰਿਟਾਰਡੋ ਮਤਲਬ ਹੈ ਤੁਸੀਂ ਸਮਾਨ ਪਚਾਇਆ ਹੀ ਨਹੀਂ ਮੰਕਾ ਹੋ ਗਿਆ ਸਮਾਨ ਸਮਾਨ ਪਹੁੰਚੇ ਹੀ ਨਹੀਂ ਹੈ ਵੀ ਡੈਸਟੀਨਾਸ਼ਨ ਕੰਕੋਰਡ ਜਿੱਥੇ ਡੈਸਟੀਨੇਸ਼ਨ ਸੀ ਜਿਹੜਾ ਇੱਕ ਕੰਟਰੈਕਟ ਸੀਗਾ ਇਸ ਦੀ ਡੈਸਟੀਨੇਸ਼ਨਰੀ ਮੰਜ਼ਲ ਤੇ ਸਮਾਨ ਪਹੁੰਚੇ ਨਹੀਂ ਜਦ ਪਹੁੰਚੇ ਹੀ ਨਹੀਂ ਹੈ ਵੀ ਤੇ ਫਿਰ ਰੀਟਾਰਡੋ ਦਾ ਕੀ ਮਤਲਬ ਹੈ ਹੈ ਹੀ ਸਮਾਨ ਪਹੁੰਚਿਆ ਹੀ ਨਹੀਂ ਹੈ ਜਦ ਕੋਈ ਸ਼ੈ ਪਹੁੰਚਣੀ ਹੈ ਤਾਂ ਉਹ ਪਰਦੀ ਤਾਂ ਪਰਜ਼ਿਆ ਵਾਲੇ ਜਾਂ ਕੋਈ ਚੀਜ਼ ਹੋਣੀ ਹੈ ਨਾ ਠੀਕ ਹੈ ਪਹੁੰਚੀ ਨਹੀਂ ਹੈ ਤਾਂ ਫਿਰ ਕਹਦਾ ਰਿਟਾਰਡੋ ਹੈ ਫਾਲਸੋ ਕਿਨਨ ਵੀ ਰਿਟਾਰਡੋ ਦਾ ਮਤਲਬ ਹੈ ਜੇ ਲੇਟ ਪਹੁੰਚੇਗਾ ਤੇ ਕਿਨ ਨਾਲ ਚੀ ਹੈ ਮਾਰ ਇੰਤੈਂਦੇ ਮੰਕਾ ਤੋਰੀ ਇਕਰੀ ਕੋਂਸੇਨੀਆ ਮੰਕਾ ਰੀ ਕੋਂਸੇਨੀਆ ਜਿਸ ਤੇ ਕੋਂਸੇਨੀ ਨਹੀਂ ਕੀਤੇ ਮਾਰਚੀ ਇੰਤਰੋ ਸੈਤਾਂਤਾ ਜੇ 70 ਦਿਨਾਂ ਦੇ ਅੰਦਰ ਅੰਦਰ ਰੀਸੀਵਮੈਂਟ ਦਲਾ ਮਾਰਚੀ ਦਲਾ ਪਾਰਟੀ ਦਲੇ ਵਤੂਰੇ ਜਦ ਰਸੀਵ ਕੀਤਾ ਪਵਤੂਰੇ ਨੇ ਦੇਖੋ ਜੀ 70 ਦਿਨਾਂ ਦਾ ਕੋਈ ਕਨਸੈਪਟ ਹੈ ਹੀ ਨਹੀਂ ਠੀਕ ਹੈ ਜੇ ਕੰਟਰੈਕਟ ਸਾਈਨ ਵੀ ਨਹੀਂ ਆਇਆ ਹੋਇਆ ਹੈ ਦਿਨਾਂ ਲਿਖੇ ਹੋਰ ਦੇ ਵਿੱਚ ਵੀ ਮੈਕਸਿਮਮ ਕਿਹੜਾ ਸਪੈਂਡ ਸਮਾਨ ਤੇ ਵੀ ਡਿਪੈਂਡ ਕਰਦਾ ਕਿ ਇਸ ਟਾਈਪ ਦਾ ਕਿਹੜਾ ਸਮਾਨ ਹੈ ਤੇ 70 ਦਿਨ ਵਾਲਾ ਕਨਸੈਪਟ ਹੈ ਹੀ ਨਹੀਂ ਸਰ ਕੇ ਫਾਲਸੋ ਕਨੇਲਾ ਚੀਅ ਮਾਰ ਨਲਕਾਜ਼ੋ ਟ੍ਰਾਂਸਪੋਰਟੋ ਵਤੂਰੇ ਰਿਸ ਕਨੇ ਜੇ ਟ੍ਰਾਂਸਪੋਰਟ ਕਰਦੇ ਵਤੂਰੇ ਰਿਸਪੌਂਸਿਬਲ ਹੈ ਕਨੇ ਵਤੂਰੇ ਜਿਹੜਾ ਰਿਸਪੌਂਸਿਬਲ ਹੋਵੇਗਾ quindi il vettore responsabile della perdita totale perdita totale è responsabile o parziale, parziale è responsabile con ovega, vettore ovega della merce smanda della sue avaria o di chirabbi è responsabile vettore ovega o del ritardo della conseguenza o di lei è responsabile con ovega, vettore ovega quindi il perdita totale parziale della marcia or della sua varia or kharab hona or retard jara zimmedar kon hai zari galave tore hovega pehchan laaye ata kinne be ho, la ho, in lacaso corso della trasporto in cheje transport karde hove tore responsible with tore responsible honda solo della perdita parziale sir perdita parziale da responsible honda ve tore della marcia perdita da perdita parziale e totale della marcia perdita perdita parziale totale da hovega लेकिन आवारी हो तो हो के हो हो। भी होगा रिताारदोद कौर्स, तो, भी होगा इस करके कहने भी सिर्फ यह होगा इसके फालसो कची मारा कोरस कोसो की ट्रांसपोर्ट हो तो, दल तरस कोरसो की ट्रांसपोर्ट हो तुरे रिस्पोंसा भी ले ट्रांसपोर्ट कर दौरान रिफे तुरे रिसपोंसीबल है जरा ट्रांसपोर्ट करना क्योंकि रिस्पोंसा भी ले सोलर रिताार सिर्फ रिताार् ली रिताार दो नहीं क्योंकि जो पैदल तो तुरता ले परजिया ले आवारी भी रिस्पोंसीबल होगा इस करके फालसो ਕਨਨ ਨਲਾ ਚੀਅ ਮਾਰ ਨਲਾ ਕੋਰਸੀ ਟ੍ਰਾਂਸਪੋਰਟ ਟ੍ਰਾਂਸਪੋਰਟ ਕਰਨ ਦੀ ਕੋਰਸੀ ਦਰਾਨੇ ਇਹ ਵੇਤੋਰੇ ਨਾਨ ਰਿਸਪੌਂਸਾਬਿਲੇ ਵੇਤੋਰੇ ਰਿਸਪੌਂਸਿਬਲ ਨਹੀਂ ਹੈ ਸੇਲ ਰਿਟਾਰਡੋ ਦਬੂਤੋ ਗਵਾਸਤੋ ਜੇ ਰਿਟਾਰਡੋ ਹੋਵੇ ਖਰਾਬ ਹੋਣ ਦੀ ਵਜ੍ਹਾ ਨਾਲ ਦਿਲ ਵਿਕੋਲੋ ਗੱਡੀ ਖਰਾਬ ਹੋਣ ਦੀ ਵਜ੍ਹਾ ਨਾਲ ਉਤਿਲੀਜ਼ਾਤੋ ਜਿਹੜੀ ਇਸਤੇਮਾਲ ਕਰਦੇ ਹੋਏ ਕਹਿੰਦੇ ਨੇ ਬੇ ਜੇ ਕਹਿੰਦੇ ਬੇ ਜੇ ਗੱਡੀ ਖਰਾਬ ਹੋ ਤਾਂ ਫਿਰ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਗੱਡੀ ਦੀ ਮੇਨਟੇਨੈਂਸ ਠੀਕ ਰੱਖਣੀ ਵੇਤੋਰੇ ਰੱਖਣੀ ਹੈ ਵੀ ਉਨੇ ਗੱਡੀ ਨੂੰ ਵੀ ਮੇਨਟੇਨ ਪ੍ਰੋਪਰ ਰੱਖਣਾ ਹੈ ਇਹ ਨਹੀਂ ਆ ਕਿ ਦੂਜੇ ਧੜੇ ਤੁਹਾਡੀ ਗੱਡੀ ਥਾਂ ਥਾਂ ਤੇ ਖਲੋਤੀ ਹੋਏ ਤੁਸੀਂ ਇਹ ਕਹਿੰਦੇ ਯਾਰ ਸਾਡੇ ਦਾ ਕਸੂਰ ਹੈ ਹੀ ਨਹੀਂ ਇਸ ਕਰਕੇ ਇਹ ਵੀ ਗਲਤੀ ਇਨਫਾਲਸ ਹੋਇਆ ਕਿਉਂਕਿ ਗੱਡੀ ਨਹੀਂ ਮੇਨਟੇਨਸ਼ਨ ਵੀ ਰੱਖਣਾ ਬਤੌਰੇ ਦਾ ਹੀ ਆ ਕਿ ਅਗਨੇ ਬੇ ਇਜ਼ੋਨਰੋ ਯਾਨੀ ਕਿ ਜਿੰਨਾਂ ਨੂੰ ਛੂਟ ਹੈ ਜਿੰਨਾਂ ਨੂੰ ਯਾਨੀ ਕਿ ਬਚਤ ਹੈ ਜਿੰਨਾਂ ਨੂੰ ਇਜ਼ੋਨਰ ਇਦ ਰਿਸਪੌਂਸਿਬਿਲਟੀ ਦੈਰਾ ਯਾਨੀ ਇਜ਼ੋਨ ਰਿਸਪੌਂਸਿਬਿਲਟੀ ਯਾਨੀ ਕਿ ਜਿੰਨਾਂ ਨੂੰ ਛੂਟ ਹੈ ਏ ਵਿਤੋਰਨ ਜਿੰਨਾ ਜਿੱਦ ਨੂੰ ਛੋਟ ਹੈ ਵਿਤੋਰੇ ਜ਼ੋਨ ਹੈ ਰੋ ਵਿਤੋਰਨ ਨਹੀਂ ਛੂਟ ਹੈ ਕਿਦਦਰ ਰਿਸਪੌਂਸਬਿਲਿਤਾ ਦੇ ਲਾ ਪਰ ਦਿੱਤਾ ਰਿਸਪੌਂਸਬਿਲਿਤਾ ਦੇ ਰਿਪਰ ਦਿੱਤਾ ਦੀ ਹੈ ਉਹ ਦੇ ਵਿੱਚ ਵਿਤੋਰਨ ਛੂਟ ਹੈਗੀ ਹੈ ਦਲਾ ਬਾਹਰੀ ਖਰਾਬ ਹੋਣ ਦੀ وجہ ਨਾਲ ਉਹ ਦਲਾ ਰਿਟਾਰਡੋ ਜਾਂ ਲੇਟ ਹੋਣ ਦੀ وجہ ਨਾਲ ਦਿਲ ਰੀਕੌਨਸੈਂਜੀਆਂ ਰੀਕੌਨਸੇਨੀਆਂ ਦੇ ਦਲਾ ਮਾਰਚੀ ਦੀ وجہ ਨਾਲ ਨੈਲਾ ਕਾਜ਼ੋ ਦੀ ਵਿਜ਼ਿਓ ਪ੍ਰੋਪੀਓ ਦਲਾ ਮਾਰਚੀ ਵਿਜ਼ਿਓ ਪ੍ਰੋਪੀਓ ਦਲਾ ਮਾਰਚੀ ਯਾਨੀ ਕਿ फिर विजी मर्च मुराद होंगे कि यह मित या हक बनता सी मिते देरी गल फिर रिस्पॉन्सिबल तुर नहीं बनता है भी ठीक है इस करके द्रुष्क हो कहते वे हलो ਇਹ ਵਿਤੋਰ ਇਹ ਜ਼ੋਨ ਰੋ ਯਾਨੀ ਕਿ ਜ਼ੋਨ ਵਿਤੋਰ ਇਨ ਛੂਟ ਹੈਗੀ ਦਲ ਰਿਸਪੋਨਸਿਬਿਲਟੀ ਦਲ ਪਰ ਦਿੱਤਾ ਰਿਸਪੋਨਸਿਬਿਲਟੀ ਪਰ ਦਿੱਤੀ ਦੀ ਤਰਫੋਂ ਦਲ ਆਵਾਰੀ ਖਰਾਬ ਹੋਣ ਦੀ ਬਿਨਾ ਦਲ ਰਿਟਾਰ ਤੋਂ ਲੇਟ ਹੋਣ ਦੀ ਬਿਨਾ ਦੀ ਕੌਂਸੀਨ ਹੈ ਦਲ ਮਾਰਚੀ ਰਜਿਸਟਰ ਵਿੱਚ ਕੌਂਸੀਨ ਹੈ ਕਰਨਾ ਸਮਾਨ ਨਿਲਾ ਚਿਰਕੁਲੇਸ਼ਨ ਹੈ ਸਰਕੂਲੇਸ਼ਨ ਦੌਰਾਨ ਇਲ ਵਿਤੋਰੇ ਪੋਤੇ ਵਾ ਵਿਤਾਰੇ ਜੇ ਬੋਤੇ ਵਿਤੋਰੇ ਜਿਹੜਾ ਹੋਏ ਇਹ ਬਚ ਸਕਦਾ ਸੀ ਦੇਖੋ ਜੀ ਦੇਖੋ ਜੀ ਕਹਿੰਦੇ ਵੀ ਜਦ ਵਿਤੋਰ ਹੀ ਬਚ ਸਕਦਾ ਸੀ ਨਹੀਂ ਉਹਨੇ ਬਚੀ ਕੀਤੀ ਹੈ ਵੀ ਤਾਂ ਫਿਰ ਵੀ ਤੋਰ ਹੀ ਰਿਸਪੋਨਸਿਬਲ ਨਹੀਂ ਹੋਵੇਗਾ ਜਦ ਵਿਤੋਰ ਹੀ ਬਚ ਸਕਦਾ ਸੀ ਨਹੀਂ ਬਚਿਆ ਤਾਂ ਵਿਤੋਰ ਹੀ ਰਿਸਪੋਨਸਿਬਲ ਹੋਵੇਗਾ ਨਾ ਇਸ ਕਰਕੇ ਗਲਤ ਗੈਨ ਬਫਾਲਸ ਹੋਇਆ ਆ ਕਿਨ ਬੇ ਲਿਵਤੋਰ ਹੀ ਜ਼ੋਨ ਇਰੋ ਦੀ ਦਾ ਰਿਸਪੋਨਸਿਬਿਲਟੀ ਜ਼ੋਨ ਰਿਸਮਾਨੀ ਨੂੰ ਕਿ ਛੂਟ ਹੈ ਉਹਨੂੰ ਰਿਸਪੋਨਸਿਬਿਲਟੀ ਦੇ ਵਿੱਚ ਜਿਹੜੀ ਰਿਸਪੌਂਸਿਬਿਲਟੀ ਪਰ ਦਿੱਤਾ ਦੇ ਲਾ ਵਾਰੀਆ ਪਰ ਦਿੱਤਾ ਵਾਰੀਆ ਦੇ ਵਿੱਚ ਇਸ ਉੱਤੇ ਪੜ ਗਏ ਰਿਸਪੌਂਸਿਬਿਲਟੀ ਵਤੋਰੀ ਦੀ ਹੁੰਦੀ ਹੈ ਉਧਰ ਰਿਜ਼ਾਰਡ ਦਰ ਤੋਂ ਵੀ ਕੋਨਸੇ ਨਹੀਂ ਦੇ ਲਾ ਮਾਰਚੇ ਇਨ ਉਨੀ ਗਾਜ਼ੋ ਹਰ ਕੇਸ ਦੇ ਵਿੱਚ ਅਗਲ ਕਿਨ ਫਾਲਸ ਹੋਇਆ ਹਰ ਕੇਸ ਦੇ ਵਿੱਚ ਜਿਹੜਾ ਵਿਤੋਰੇ ਨਹੀਂ ਰਿਸਪੌਂਸਿਬਲ ਹੋ ਸਕਦਾ ਠੀਕ ਹੈ ਕਿਨੇ ਬੇ ਵਿਤੋਰੇ ਇਸ ਜ਼ੋਨ ਇਰ ਦੇ ਲਾ ਰਿਸਪੌਂਸਿਬਿਲਟਾ ਵਿਤੋਰੇ ਜਿਹੜਾ ਇਸ ਜ਼ੋਨ ਦੇ ਲਾ ਰਿਸਪੌਂਸਿਬਿਲਟਾ ਦੇ ਲਾ ਪਰ ਦਿੱਤਾ ਦੇ ਲਾ ਵਾਰੀਆ ਪਰ ਦਾ ਖੋਦਿੰ ਜੀ ਵਜਨ ਖਰਾਬ ਹੋਣ ਦੀ ਖਰਾਬ ਹੋਣ ਦੀ ਵਜਨ ਨਾਲ ਇਹ ਪਰਦਾ ਟੋਟਾਲੇ ਉਨ ਦੇ ਪਰzialੇ ਉਨ ਦੇ ਉਦੋਈ ਉਹ ਡਰਿਟਾਡੋ ਲੇਡੋਨ ਵਿਨਲ ਇ ਰਿਕੋਂਸੇਨਿਆ ਔਰ ਰਿਕੋਂਸੇਨਿਆ ਦੀ ਡੇਲਾਮਾਰਚੀਆ ਇਨ ਨੋਂਨ ਸੁਨੋ ਕਾਜ਼ੇ ਕਿਸੇ ਕੇਸ ਵਿੱਚ ਵੀ ਵਿਤੋਰੇ ਰਿਸਪੌਂਸੀਬਲ ਨਹੀਂ ਹੁੰਦਾ ਗੱਲ ਕਿ ਨਫਾਲ ਸੋਇਆ ਵਿਤੋਰੇ ਰਿਸਪੌਂਸੀਬਲ ਹੁੰਦਾ ਵੇ ਕਈਆਂ ਕੇਸਾਂ ਵਿੱਚ ਜਿਹੜੇ ਸੀਤੇ ਐ ਇੱਥੇ ਪੜ ਕੇ ਆ ਚੁੱਕੇ ਹਾਂ ਪਹਿਲੇ ਕੁਐਸਚਨ ਦੇ ਵਿੱਚ ਠੀਕ ਹੈ ਜਿਹਦੇ ਵਿੱਚ ਵਿਤੋਰੇ ਰਿਸਪੌਂਸੀਬਲ ਹੁੰਦਾ ਹੈ ਜਰ ਟ੍ਰਾਂਸਪੋਰਟ ਕਰਨੇ ਰੋਡ ਦੇ ਤੋਤਾ ਹੈ ਪਰਦਾ ਟੋਟਾਲੇ ਪਰਜ਼ੀਆਲੇ ਮਰਚੀ ਔਰ ਅਵਾਰੀਆ ਰਿਟਾਰਡੋ ਕੌਨ ਸੇਨੀ ਲੋ ਜੀ ਤਾਂ ਚੈਪਟਰ 6 ਗੱਲ ਵਿੱਚ 6 ਨੰਬਰ ਕੁਐਸਚਨ ਦੇ ਵਿੱਚ ਮੈਂ ਕੁਐਸਚਨ ਜਿਹੜਾ ਹੈ 20 ਜਨਵਰੀ ਮਾਰਚ ਜਿਸ ਦੇ ਵਿੱਚ ਮੈਨੂੰ ਡਿਫੀਨੇਸ਼ਨ ਥੋੜੀ ਦੇਖਣਾ ਪਈ ਗਿਆ ਕਿ ਇਹ ਜ਼ੇਨਰ ਦਾ ਰਿਸਪੌਂਸ ਕਿੰਭਿਲਦਾ ਹੈ ਜ਼ੇਨਰ ਯਾਨੀ ਕਿ ਛੂਟ ਹੁੰਦੀ ਰਿਸਪੌਂਸਿਬਿਲਟੀ ਵਿੱਚੋਂ ਕਦੇ ਲਈ ਦਲਬਤੂ ਰੇ ਵਤੂ ਰੇ ਜਿਹੜੇ ਸੀ ਉੱਤੱਕ ਚਾਰ ਕੁਐਸਚਨ ਬਣਦੇ ਦੇ ਲਈ ਕਿੰਨੇ ਵਿੱਚ ਛੂਟ ਹੁੰਦੀ ਹੈ ਰਿਸਪੀ ਤੋਰੇ ਨੂੰ ਪੈਰ ਦਿੱਤਾ ਖਰਾਬ ਹੋਣ ਦੀ وجہ ਨਾਲ ਅਵਾਰੀਆ ਪੈਰ ਦਿੱਤਾ ਯਾਨੀ ਕਿ ਪਰਜ਼ਿਆਲੇ ਤੋਂ ਤਾਲੇ ਅਵਾਰੀਆ ਖਰਾਬ ਹੋ ਜਾ ਰਿਦਾਰਦੋ ਔਰ ਰਿਤਾ ਤੋਂ ਲੇਟ ਹੋ ਜਾ ਸੇ ਜੇਕਰ ਇਹ ਤਿੰਨ ਕੇਸ ਹਮਣ ਤੇ ਫਿਰ ਇਹਨਾਂ ਕਿਹਨਾਂ ਕਿਸਮ ਦੇ ਜਬ ਕੇਸੀ 20 ਦਾ ਮਾਰਚ ਸੀ ਉੱਤੇ ਪੜਾਇਆ ਠੀਕ ਹੈ ਕੋਲਪਨ ਹੋਣਾ ਸੁਆਓ ਯਾਨੀ ਕਿ ਉਹਦੀ ਮਰ ਇਹਦੀ ਗਲਤੀ ਨਹੀਂ ਹੈ ਜਦ ਬਿੱਤੂਰ ਦੀ ਗਲਤੀ ਨਹੀਂ ਹੈ ਫਿਰ ਐਜੋਨਰ ਹੋ ਯਾਨੀ ਕਿ ਛੂਟ ਹੈ ਉਹਨੂੰ ਰਿਸਪਾਂਸਿਬਿਲਟੀ ਯਾਨੀ ਕਿ ਉਹਦੇ ਤੇ ਨਹੀਂ ਪੈਣ ਲੱਗੀ ਹੈ ਵੀ ਠੀਕ ਹੈ ਇੱਕ ਨੰਬਰ ਦਾ 20 ਦਾ ਮਾਰਚ ਯਾਨੀ ਕਿ ਜੇ ਮਾਰਚ ਸਮਾਨ ਦੇ ਵਿੱਚ ਕੋਈ ਐਬ ਹੋਵੇ ਤੇ ਜੇ ਸਮਾਨ ਦੇ ਵਿੱਚ ਕੋਈ ਖਰਾਬੀ ਸੀ ਪ੍ਰੋਬਲਮ ਸੀ ਤੇ ਉਹਦੇ ਵਿੱਚ ਵੀ ਉਹ ਰਿਸਪਾਂਸਿਬਿਲਟੀ ਜਿਹੜੀ ਹੈ ਕਿਉਂਕਿ ਸਮਾਨ ਦੀ ਖਰਾਬੀ ਤਾਂ ਮਿੱਤਨ ਤੇ ਡਿਪੈਂਡ ਕਰਦੀ ਹੈ ਨਾ ਉੱਤੇ ਮੈਂ ਦੱਸਿਆ ਵੀ ਤੁਹਾਨੂੰ ਕਿਉਂਕਿ ਇਹ ਡਿਪੈਂਡ ਕਰਦਾ ਮੇਤਨ ਤੇ ਤੇ ਇਹ ਇਹ ਬੋਵੇਗਾ ਸਮਾਨ ਦੇ ਵਿੱਚ ਇਹ ਡਿਪੈਂਡ ਕਰੇਗਾ ਮੇਤਨ ਤੇ ਇਹ ਇਹਦਾ ਤੱਲਕ ਅ ਬਿਤੂਰੇ ਦੇ ਨਾਲ ਨਹੀਂ ਹੈ ਵੀ ਔਰ ਚੀਜ਼ ਕੋ ਸਤਾਂਦਾ ਇਨਵਿਟਾਬਲ ਜਿਸਕੋ ਸਤਾਂਦਾ ਇਨਵਿਟਾਬਲ ਬਿਲੇ ਯਾਨੀ ਕਿ ਹਾਲਾਤ ਔ ਬਾਕਿਆਤ ਇਸ ਤਰ੍ਹਾਂ ਦੇ ਹੋ ਜਾਂਦੇ ਜਿਹਦੇ ਵਿੱਚ ਬੰਦਾ ਕੁਝ ਕਰ ਨਹੀਂ ਸਕਦਾ ਵੇ ਜਿਵੇਂ ਪਹਿਲੇ ਤੁਹਾਨੂੰ ਦੱਸ ਚੁੱਕੇ ਹਾਂ ਜਿਵੇਂ ਕਿ ਜਾਮ ਲੱਗ ਜਾਂਦਾ ਐਕਸੀਡੈਂਟ ਹੋ ਜਾਂਦਾ ਕੋਈ ਗਿਆ ਜਾਮ ਲੱਗ ਗਿਆ ਜਿਹਦੇ ਵਿੱਚ ਮਮਕਨ 12-12 ਘੰਟੇ ਜਾਮ ਲੱਗੇ ਰਹਿੰਦੇ ਨੇ ਕਈ ਵਾਰੀ ਇਸ ਤਰ੍ਹਾਂ ਜਗ੍ਹਾ ਨਹੀਂ ਨੇ ਤੇ ਜਾਮ ਕੋ ਲੱਗ ਗਿਆ ਸੌਰੀ 12-12 ਕਿਲੋਮੀਟਰ ਵੀ ਜਾਮ ਲੱਗ ਜਾਂਦੇ ਨੇ ਠੀ ਕਿ ਗੱਡੀਆਂ ਚਲਦੀਆਂ ਨੇ ਖਲੋਖ ਲੋਕ ਲੋਕੇ ਚਲਦੀਆਂ ਸਾਰੀਆਂ ਕੋਈ ਰੋਡਾਂ ਬਲਾਕ ਹੋ ਜਾਂਦੇ ਨੇ ਬੰਦ ਹੋ ਜਾਂਦੇ ਨੇ ਕੋਈ ਜਿਹਦੇ ਵੀ ਤੁਹਾਡੀ ਗਲਤੀ ਨਹੀਂ ਨਾ ਹੁੰਦੀ ਐ ਵੀ ਠੀਕ ਐ ਡਰਾਈਵਰ ਦੀ ਤੇ ਬਤੂਰੇ ਦੀ ਉਹਦੇ ਵਿੱਚ ਇਹਨਾਂ ਸੂਤਾਂ ਵਿੱਚ ਇਹ ਜਿਹੋਨਰ ਦੀ ਰਿਸਪਾਂਸਿਬਿਲਿਟੀ ਆ ਯਾਨੀ ਕਿ ਇਹਨਾਂ ਨੂੰ ਰਿਸਪਾਂਸਿਬਿਲਟੀ ਤੋਂ ਬਰ ਹੀ ਜ਼ਮਾਉਣਗੇ ਤੇ ਲੋ ਜੀ ਇਸ ਪਿਕਚਰ ਦੇ ਨਾਲ ਹੀ ਸਾਡਾ ਚੈਪਟਰ ਖਤਮ ਹੁੰਦਾ ਹੈ 16 ਨੰਬਰ ਤੇ ਮਿਲਦੇ ਅਗਲੇ 16 ਨੰਬਰ ਚੈਪਟਰ ਦੇ ਵਿੱਚ ਦੁਆਵਾਂ ਵੀ ਯਾਦ ਰੱਖੋ ਜੇ ਵੀਡੀਓ ਤੇ ਜ਼ਰੂਰ ਸ਼ੇਅਰ ਕਰੋ